द वे फॉरवर्ड इज थोड़ा बहुत बहुत स्वागत है। मैं थोड़ा होस्ट हरजोत सिंह। जिवें कि असी तुहानू पहले दस्या ए जनरल इलेक्शन का ईयर है और इस साल विच असी अपने कम्यूनिटी के वेरियस कैंडीडेट्स जो वेरियस पोलिटिकल ऑफिस वास्ते खड़े हो रहे हैं थ्रू आउट द कंट्री उन्होंने आप गल करांगे, उन्होंने तुहाडे सामने लैके आएंगे, तुहाडे नाल रूबरू करांगे। अज जो पॉलिटिकल कैंडीडेट साढ़े विच शामिल हैं फोन दे थ्रू ओ हैं श्री तेज मान जी, जो कि सटर काउंटी डिस्ट्रिक्ट 4 कैलिफोर्निया टाउन सुपरवाइजर दी पोजिशन वास्ते लड़ रहे हैं। असी तुहानू दसीए तेज मान जी वॉज वन ऑफ द फर्स्ट फ्यू सिटी काउंसिल मैंबर्स और युवा सिटी काउंसिल दे दो बार मैंबर्स रह चुके हैं, इलेक्टेड मैंबर। इज दैट राइट मिस्टर मान? हाँ जी, थैंक यू जी। मिस्टर सारा नु मेरे वालों भी सारा नु प्यार भरी सारा नु सत श्री अकाल शो वेख रहे हैं तोड़ा। ते मैं सारा दा धन्नवादी हां कि तुसी सारा दे रूप मैनू होण दा मौका दित्ता। ਤੁਹਾਡਾ ਬਹੁਤ ਬਹੁਤ ਸਵਾਗਤ, ਸਾਡੇ ਨਾਲ ਗੱਲ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਤੇਜ ਜੀ, ਸਾਨੂੰ ਸਭ ਤੋਂ ਪਹਿਲਾਂ ਆਪਣੇ ਬੈਕਗਰਾਊਂਡ ਬਾਰੇ ਕੁਛ ਦੱਸੋ। ਤੁਸੀਂ ਕਦ ਇਸ ਕੰਟਰੀ ਵਿੱਚ ਆਏ ਔਰ ਕਦ ਤੁਸੀਂ ਪੋਲੀਟਿਕਸ ਵਿੱਚ ਸ਼ਾਮਿਲ ਹੋਏ? ਵੀਰ ਜੀ, ਮੈਂ ਆਪਣੇ ਪੰਜਾਬ ਤੋਂ ਪਿੱਛੇ ਮਾਨਸਾ ਬਠਿੰਡਾ ਇਲਾਕੇ ਦੇ ਤੋਂ ਹਾਂ ਅਤੇ ਮੇਰਾ ਜਨਮ 1961 ਦੇ ਵਿੱਚ ਹੋਇਆ ਅਤੇ ਮੈਂ 1975 ਦੇ ਵਿੱਚ ਇੱਥੇ ਅਮੈਰੀਕਾ ਆਇਆ ਸੀਗਾ। 13-13 ਸਾਲ ਦੀ ਉਮਰ ਸੀਗੀ ਅਤੇ ਇੱਥੇ ਹਾਈ ਸਕੂਲ ਦੀ ਐਜੂਕੇਸ਼ਨ ਸ਼ੁਰੂ ਕੀਤੀ ਅਤੇ ਪੋਲੀਟਿਕਸ ਦੇ ਵਿੱਚ ਫਿਰ ਲੰਬਾ ਸਫ਼ਰ ਹੈ। ਇੱਥੇ ਆ ਕੇ ਪਹਿਲਾਂ ਤਾਂ ਆਪਾਂ ਸਾਰੇ ਜਿੱਦਾਂ ਸਾਰੇ ਆਉਂਦੇ ਹਾਂ ਪੰਜਾਬ ਦੇ ਵਿੱਚੋਂ, ਪਹਿਲਾਂ ਆਪਾਂ ਇੱਥੋਂ ਦੇ ਬਾਰੇ ਥੋੜ੍ਹਾ ਮੋਟਾ ਸਿੱਖਦੇ ਹਾਂ, ਆਪਣੀ ਪੜ੍ਹਾਈ ਵੱਲ ਧਿਆਨ ਹੁੰਦਾ, ਆਪਣੇ ਕਰੀਅਰ ਵੱਲ। ਸੋ ਮੈਂ ਇੱਥੇ ਯੂਨੀਵਰਸਿਟੀ ਹਾਈ ਸਕੂਲ ਪੜ੍ਹਿਆ, ਯੂਨੀਵਰਸਿਟੀ ਆਫ ਕੈਲੀਫੋਰਨੀਆ ਦੁਆਡੇ ਵਿੱਚ ਪੜ੍ਹਿਆ ਅਤੇ 32 ਸਾਲ ਨੌਕਰੀ ਕੀਤੀ ਅਤੇ ਨੌਕਰੀ ਕਰਦਿਆਂ ਹੋਇਆ ਸੋ ਜੋ ਸਾਈਡ 'ਤੇ ਜੋ ਕਦੇ ਵੀ ਟਾਈਮ ਮਿਲਦਾ ਸੀ ਆਪਣੇ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਇਨਵਾਲਵ ਹੁੰਦੇ ਰਹੇ ਆਪਣੇ। ਸੋ ਅੱਜ ਤੋਂ 2001 ਦੇ ਵਿੱਚ 9/11 ਆਪਣੇ ਹੋਇਆ ਨਿਊਯਾਰਕ ਦੇ ਵਿੱਚ, ਉਸਦਾ ਮੇਰੇ 'ਤੇ ਕਾਫੀ ਇੰਪੈਕਟ ਹੋਇਆ। ਮੈਂ ਜਦੋਂ ਦੇਖਿਆ ਕਿ ਸਾਡੇ ਪੰਜਾਬੀਆਂ ਦੇ ਨਾਲ ਹਜੇ ਵੀ ਅਮੈਰੀਕਾ ਨੇ ਉਦੋਂ ਜਦੋਂ ਵਿਤਕਰਾ ਕੀਤਾ ਕਿ ਸਾਡੇ ਸੋਢੀ ਸਾਹਿਬ ਦਾ ਉਦੋਂ ਐਰੀਜ਼ੋਨਾ ਦੇ ਵਿੱਚ ਜਦੋਂ ਮਰਡਰ ਹੋਇਆ ਹੇਟ ਕ੍ਰਾਈਮ ਕਰਕੇ, ਅਤੇ ਉਸ ਵਕਤ ਅਸੀਂ ਸੋਚਿਆ ਐਜ਼ ਅ ਕਮਿਊਨਿਟੀ ਕਿ ਸਾਨੂੰ ਵੀ ਇਸ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ ਅਤੇ ਜੇ ਅਸੀਂ ਇਨਵੋਲਵ ਹੋਵਾਂਗੇ ਤਾਂ ਇਹ ਸਾਡੇ ਬਾਰੇ ਜੋ ਸਾਡੇ ਅਮੈਰੀਕਨ ਨੇਬਰ ਨੇ ਸਿੱਖਣਗੇ। ਕੰਮ ਆਪਾਂ ਸਾਰੇ ਕਰਦੇ ਹਾਂ, ਸਾਰੇ ਕਰੀਅਰਸ ਚੰਗੇ ਨੇ, ਪਰ ਇਹ ਇੱਕ ਜੋ ਪੋਲੀਟੀਕਲ ਅਰੀਨਾ ਹੁੰਦਾ ਇਹਦੇ ਵਿੱਚ ਤੁਹਾਡੇ 'ਤੇ ਸਪਾਟਲਾਈਟ ਹੁੰਦੀ ਹੈਗੀ ਅਤੇ ਤੁਸੀਂ ਆਪਣੇ ਬਾਰੇ ਆਪਣੀ ਕਮਿਊਨਿਟੀ ਦੇ ਨੂੰ ਵੀ ਹਾਈਲਾਈਟ ਕਰ ਸਕਦੇ ਹੋ। ਸੋ ਇਹ ਮੈਨੂੰ ਮੌਕਾ ਮਿਲਿਆ। ਮੈਂ 8 ਸਾਲ ਮੈਂ ਯੂਨੀਵਰਸਿਟੀ ਕਾਉਂਸਲਰ ਰਿਹਾ ਅਤੇ ਮੈਂ ਪਹਿਲਾ ਪੰਜਾਬੀ ਸੀ 2001 ਦੇ ਵਿੱਚ ਜਦੋਂ ਇਸ ਪੋਲੀਟਿਕਸ ਦੇ ਵਿੱਚ ਆਇਆ ਅਤੇ ਮੈਂ ਬੜਾ ਹੀ ਰਿਣੀ ਹਾਂ ਸਾਡੀ ਕੌਮ ਦਾ, ਸਾਡੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਅਤੇ ਮੈਨੂੰ ਸਪੋਰਟ ਕੀਤਾ ਅਤੇ ਮੈਨੂੰ ਯੂਨੀਵਰਸਿਟੀ ਦਾ ਕਾਉਂਸਲਰ ਬਣਾਇਆ। ਤੇਜ ਜੀ, ਅਸੀਂ ਤੁਹਾਡੇ ਰਿਣੀ ਹਾਂ ਜੋ ਤੁਸੀਂ ਸਾਹਮਣੇ ਆਏ ਔਰ ਇਹ ਸਟੈਪ ਚੱਕਿਆ, ਕਿਉਂਕਿ ਐਜ਼ ਯੂ ਸੈਡ ਇਹ ਬਹੁਤ ਜ਼ਰੂਰੀ ਹੈ ਕਮਿਊਨਿਟੀ ਵਾਸਤੇ। ਅਸੀਂ ਇਸ ਮੁਲਕ 'ਚ ਬਾਹਰੋਂ ਆਏ ਹਾਂ ਔਰ ਸਾਡੀ ਜਿਹੜੀ ਪਹਿਚਾਣ ਹੈ, ਅਸੀਂ ਕੌਣ ਹੈਗੇ ਹਾਂ, ਸਾਡੀ ਪਹਿਚਾਣ ਬਣਾਉਣ ਲਈ ਇਟਸ ਇੰਪੋਰਟੈਂਟ ਕਿ ਜਿਹੜੇ ਪਬਲਿਕ ਸਫੇਅਰ ਵਿੱਚ ਅਸੀਂ ਸਾਹਮਣੇ ਆਈਏ ਔਰ ਅਸੀਂ ਜਿਹੜਾ ਸਿਵਿਕ ਡਿਸਕੋਰਸ ਹੈ ਉਸਦੇ ਵਿੱਚ ਇਨਵੋਲਵ ਹੋਈਏ। ਤੁਸੀਂ ਯੂ ਆਰ ਵਨ ਆਫ ਦ ਫਸਟ ਫਿਊ ਫਰੋਮ ਦ ਕਮਿਊਨਿਟੀ ਹੂ ਵਰ ਇਲੈਕਟਿਡ ਟੂ ਅ ਸਿਟੀ ਕਾਉਂਸਲ। ਇਹ ਕਦ ਪਹਿਲੀ ਵਾਰ ਤੁਸੀਂ ਇਸ ਪੋਜੀਸ਼ਨ ਵਾਸਤੇ ਇਲੈਕਟ ਹੋਏ ਹੋ? ਵੀਰ ਜੀ, ਪਹਿਲੀ ਵਾਰੀ ਅਸੀਂ ਮੈਂ 2002 ਦੇ ਵਿੱਚ ਖੜਾ ਸੀ। ਮੈਂ ਇੱਕ ਥੋੜ੍ਹਾ ਜਿਹਾ ਜੇ ਬੈਕ ਪਿੱਛੇ ਜਾਈਏ ਤਾਂ ਆਪਾਂ ਜਿਹੜੇ ਨੇ ਆਪਣੀ ਪਿਛਲੀ ਸਦੀ ਸੀ ਸਾਰੀ, ਉਹ ਆਪਾਂ ਨੇ ਬੇਸਿਕਲੀ ਆਪਾਂ ਨੂੰ ਅਸਟੈਬਲਿਸ਼ ਕਰਨ ਅਤੇ ਆਪਣੀ ਰੋਟੀ ਪਾਣੀ ਦਾ ਇੰਤਜ਼ਾਮ ਕਰਨ ਅਤੇ ਉਹ ਆਪਣੀ ਸਾਰੀ ਸਦੀ ਲੱਗ ਗਈ ਆਪਣਾ ਅਮੈਰੀਕਾ ਦੇ ਵਿੱਚ ਪੈਰ ਲੱਗੇ। ਆਪਾਂ ਸਾਰਿਆਂ ਨੇ ਬਿਜ਼ਨਸ ਦੇ ਵਿੱਚ ਮਿਹਨਤ ਕਰਕੇ ਕਾਮਯਾਬੀਆਂ ਪਾਈਆਂ ਅਤੇ ਇਹ ਸਦੀ ਦੇ ਵਿੱਚ ਮੈਂ ਚਾਹੁੰਦਾ ਸੀ ਕਿ ਅਸੀਂ ਇਸ ਪੋਲੀਟੀਕਲ ਅਰੀਨਾ ਦੇ ਵਿੱਚ ਆਏ। ਸੋ 2001 ਦੇ ਵਿੱਚ ਮੈਂ ਜਦੋਂ ਪਹਿਲੀ ਵਾਰੀ ਇਸ
ਅਰੀਨਾ ਦੇ ਵਿੱਚ ਆਇਆ ਸੀਗਾ। ਹੁਣ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਪੰਜਾਬੀ ਕਮਿਊਨਿਟੀ ਇੱਧਰ ਨੂੰ ਤੁਰੀ ਹੈ। ਉਮੀਦ ਰੱਖ ਰਿਹਾ ਕਿ ਇੱਕ ਦਿਨ ਸਿਟੀ ਕਾਉਂਸਲ ਲਈ ਖੜੇ ਹੋਣਾ, ਜਿਵੇਂ ਬੋਰਡ ਸੁਪਰਵਾਈਜ਼ਰ ਲਈ ਖੜਾ ਹੋਣਾ, ਚਾਹੇ ਤੋਂ ਵੱਡੀਆਂ ਪੋਜੀਸ਼ਨ ਅਸੈਂਬਲੀ, ਸੈਨੇਟ, ਕਾਂਗਰਸ, ਕਿ ਸਾਨੂੰ ਜੇ ਸਾਡਾ ਕੋਈ ਪੰਜਾਬੀ ਬੰਦਾ ਜਾਂ ਕੋਈ ਲੇਡੀ ਆਸ ਲਈ ਪ੍ਰੈਜੀਡੈਂਟ ਲਈ ਵੀ ਖੜੇ ਹੁੰਦੇ ਆ ਤਾਂ ਕਿਸੇ ਨੂੰ ਸ਼ਾਂਤ ਨਹੀਂ ਹੋਣੀ ਚਾਹੀਦੀ, ਕਿਉਂਕਿ ਅਸੀਂ ਆਪਾਂ ਸਾਰੇ ਅਮੈਰੀਕਨ ਹਾਂ ਅਤੇ ਇਹ ਸਾਡਾ ਦੇਸ਼ ਹੈ, ਸਾਡਾ ਸਾਰਿਆਂ ਦਾ ਹੱਕ ਬਣਦਾ ਹੈ ਕਿ ਅਸੀਂ ਸਾਡੇ ਸਾਡੇ ਕਮਿਊਨਿਟੀ ਨੂੰ ਰੈਪ੍ਰਜੈਂਟ ਕਰੀਏ। ਜੀ ਜੀ ਜੀ, ਅਸੀਂ ਅਸੀਂ ਤੁਹਾਨੂੰ ਦੱਸੀਏ ਕਿ ਤੇਜਬਾਨ ਜੀ ਜਿੱਥੇ ਆਪ ਇਨ ਪੋਜੀਸ਼ਨਸ ਵਿੱਚ ਖੜ੍ਹੇ ਹੋਏ ਨੇ, ਉਹਨਾਂ ਨੇ ਸਰਵ ਕੀਤਾ ਹੈ, ਉੱਥੇ ਉਹ ਇਨਕਰੇਜ ਕਰਦੇ ਨੇ, ਸਪੋਰਟ ਕਰਦੇ ਨੇ ਆਪਣੀ ਕਮਿਊਨਿਟੀ ਦੇ ਬਾਕੀ ਕੈਂਡੀਡੇਟਸ ਨੂੰ ਵੀ ਇਹ ਸਾਹਮਣੇ ਆਉਣ ਵਾਸਤੇ ਔਰ ਇਨ ਪੋਜੀਸ਼ਨ ਵਿੱਚ ਲੜਨ ਵਾਸਤੇ। ਇਜ਼ ਦੈਟ ਰਾਈਟ ਮਿਸਟਰ ਮਾਨ? ਹਾਂਜੀ, ਇਹ ਬੜਾ ਜ਼ਰੂਰੀ ਹੈ ਕਿਉਂਕਿ ਕੋਈ ਵੀ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ ਜੀ। ਐਜ਼ ਅ ਕਮਿਊਨਿਟੀ ਜੇ ਅਸੀਂ ਸਾਰੇ ਇਨਵੋਲਵ ਹੋਵਾਂਗੇ, ਇੱਧਰ ਨੂੰ ਧਿਆਨ ਦੇਵਾਂਗੇ ਤੇ ਸਾਰੇ ਕੰਮ ਵੈਸੇ ਅਮੈਰੀਕਾ ਦੇ ਵਿੱਚ ਜਿਹੜੇ ਹੁੰਦੇ ਹੈਗੇ ਗਰਾਊਂਡ ਗ੍ਰੈਸਰੂਟਸ ਤੇ ਗਰਾਊਂਡ ਲੈਵਲ ਤੇ ਹੁੰਦੇ ਨੇ। ਜੇ ਅਸੀਂ ਜਿੱਥੇ ਵੀ ਅਸੀਂ ਰਹਿੰਦੇ ਹਾਂ ਸਾਡੀ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਈਏ, ਅਸੀਂ ਪਲੈਨਿੰਗ ਕਮਿਸ਼ਨ ਤੇ ਹੋਈਏ, ਸੀਨੀਅਰ ਕਮਿਸ਼ਨ ਤੇ ਹੋਈਏ, ਕੋਈ ਪਾਰਸ਼ਲ ਰੈਕ ਕਮਿਸ਼ਨ ਤੇ, ਅਸੀਂ ਡਿਫਰੈਂਟ ਲੈਵਲ ਤੇ ਉਹ ਕੰਮਾਂ ਦੇ ਵਿੱਚ ਇਨਵੋਲਵ ਹੋਈਏ, ਇੱਕ ਤਾਂ ਸਾਨੂੰ ਆਪਣੇ ਇੱਥੋਂ ਦੇ ਸਿਸਟਮ ਬਾਰੇ ਸਮਝ ਲੱਗਦੀ ਹੈ, ਦੂਜਾ ਅਸੀਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਸਕਦੇ ਹਾਂ। ਆਪਾਂ ਐਜ਼ ਇੰਡੀਅਨਸ ਪੰਜਾਬੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਬੇਸਿਕਲੀ ਹੁਣ ਆਪਾਂ ਸਾਰੇ ਹੀ ਕਾਮਯਾਬ ਹਾਂ, ਸਕਸੈਸਫੁਲ ਹਾਂ, ਕੋਈ ਪੈਸੇ ਵੱਲੋਂ ਕੋਈ ਹਰਟ ਨਹੀਂ ਕਰ ਰਿਹਾ, ਪੜ੍ਹਾਈ ਵੱਲੋਂ ਵੀ ਅਸੀਂ ਹੁਣ ਸੋਹਣੀ ਸਾਡੇ ਬੱਚੇ ਪੜ੍ਹਾਈ ਕਰ ਰਹੇ ਨੇ, ਪਰ ਇੱਧਰ ਵੀ ਆਪਾਂ ਆਪਣੀ ਕੌਮ ਆਪਾਂ ਹੁਣ ਤੱਕ ਜੋ ਹੋਰਾਂ ਦੀ ਮਿਹਨਤ ਨੂੰ ਅਸੀਂ ਉਹਨਾਂ ਦੇ ਮਿਹਨਤ ਦੇ ਫਲ ਨੂੰ ਅਸੀਂ ਇੰਜੋਏ ਕੀਤਾ ਜੀ। ਪਹਿਲਾਂ ਜਿਹਨਾਂ ਨੇ ਐਡੀ ਵਧੀਆ ਕੰਟਰੀ ਸੈਟਅਪ ਕੀਤੀ, ਐਡਾ ਵਧੀਆ ਪ੍ਰੋਸੈਸ ਹੈ ਕਿ ਜਿੱਥੇ ਕੋਈ ਵੀ ਆ ਕੇ ਬੰਦਾ ਬਾਹਰਲੇ ਦੇਸ਼ਾਂ ਚੋਂ ਸਫਲ ਹੋ ਜਾਂਦਾ, ਤਰੱਕੀ ਕਰ ਲੈਂਦਾ, ਆਪਾਂ ਉਹੀ ਲੋਕ ਆ ਜੋ ਪੰਜਾਬ ਦੇ ਵਿੱਚ ਅਗਰ ਨਹੀਂ ਸੀ ਕੁਛ ਕਰ ਸਕੇ, ਤਰੱਕੀਆਂ ਏਦਾਂ ਦੀਆਂ ਤਰੱਕੀਆਂ ਨਹੀਂ ਸੀ ਕਰ ਸਕਦੇ, ਸਾਨੂੰ ਇੱਥੇ ਅਮੈਰੀਕਾ ਦੇ ਵਿੱਚ ਆਪਰਚੁਨਿਟੀਆਂ ਮਿਲੀਆਂ ਤੇ ਅਸੀਂ ਸਾਰੇ ਕਾਮਯਾਬ ਹਾਂ। ਇਹ ਪਹਿਲੇ ਸਾਡੇ ਤੋਂ ਜੋ ਪਹਿਲੇ ਇਨਸਾਨ ਜਿਹਨਾਂ ਨੇ ਮਿਹਨਤਾਂ ਕੀਤੀਆਂ, ਜਿਹਨਾਂ ਨੇ ਸੈਟਅਪ ਕੀਤਾ, ਅਸੀਂ ਉਹਨਾਂ ਦੇ ਧੰਨਵਾਦੀ ਹਾਂ, ਪਰ ਹੁਣ ਸਾਡਾ ਫਰਜ਼ ਬਣਦਾ ਆਉਣ ਵਾਲੀਆਂ ਪੁਸ਼ਤਾਂ ਵਾਸਤੇ, ਅਸੀਂ ਵੀ ਇਹਦੇ ਵਿੱਚ ਕੁਛ ਸਿਸਟਮ ਦੇ ਵਿੱਚ ਐਡ ਕਰੀਏ, ਸਿਸਟਮ ਨੂੰ ਹੋਰ ਇੰਪਰੂਵ ਕਰੀਏ ਤੇ ਸਾਡੇ ਬੱਚਿਆਂ ਨੂੰ ਨਾਲੇ ਰੋਲ ਮਾਡਲ ਵੀ ਮਿਲੇ ਕਿ ਜ਼ਰੂਰੀ ਨਹੀਂ ਇਹ ਇੱਕ ਵਾਈਟ ਮੈਨ ਹੀ ਸਿਰਫ ਇਹ ਲੀਡਰ ਬਣ ਸਕਦਾ ਹੈਗਾ, ਕੋਈ ਵੀ ਕਿਸੇ ਵੀ ਭੇਸ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਇਹ ਲੀਡਰ ਬਣ ਸਕਦਾ ਹੈ, ਭਾਵੇਂ ਉਹ ਪੰਜਾਬੀ ਹੈ, ਭਾਵੇਂ ਉਹ ਸਿੱਖ ਹੈ ਜਾਂ ਹਿੰਦੂ ਹੈ ਜਾਂ ਕ੍ਰਿਸਚਨ ਹੈ, ਇਹਨਾਂ ਗੱਲਾਂ ਦਾ ਕੋਈ ਮੈਟਰ ਨਹੀਂ ਹੋਣਾ ਚਾਹੀਦਾ, ਅਸੀਂ ਸਾਰੇ ਇਨਸਾਨ ਹਾਂ, ਅਮੈਰੀਕਾ ਦੇ ਰਹਿਣ ਦੇ ਲੋਕ ਹਾਂ, ਸਾਨੂੰ ਅਸੀਂ ਸਾਰਿਆਂ ਕੋਲ ਸਾਡੇ ਕੋਲ ਕੋਈ ਨਾ ਕੋਈ ਗੁਣ ਹੈਗਾ, ਆਈਡੀਆ ਹੈਗਾ ਕਿ ਅਸੀਂ ਆਪਣੇ ਦੇਸ਼ ਨੂੰ ਹੋਰ ਵਧੀਆ ਬਣਾ ਸਕਦੇ ਹਾਂ, ਤੇ ਮੈਂ ਫਿਰ ਫਿਰ ਕਹੂੰਗਾ ਸਾਡਾ ਆਪਣਾ ਇਹ ਦੇਸ਼ ਹੈ, ਅਸੀਂ ਇੱਥੇ ਸੌ ਚੱਕ ਕੇ ਅਸੀਂ ਅਮੈਰੀਕਾ ਦੇ ਸਿਟੀਜ਼ਨ ਬਣ ਗਏ, ਹੁਣ ਅਸੀਂ ਸਾਡਾ ਇਹ ਦੇਸ਼ ਹੈ। ਹਾਂ, ਸਾਨੂੰ ਹਜੇ ਵੀ ਸਾਡੇ ਪਿੰਡ ਯਾਦ ਆਉਂਦੇ ਆ, ਸਾਡਾ ਬੜਾ ਪਿਆਰ ਹੈ ਸਾਨੂੰ ਆਪਣੇ ਸਾਡੀ ਬੋਲੀ ਦੇ ਨਾਲ, ਸਾਡੇ ਪਿੰਡਾਂ ਦੀ ਧਰਤੀ ਦੇ ਨਾਲ ਜਾਈਦਾ ਬੜਾ ਸਤਾ, ਅਸੀਂ ਵੀ ਹਜੇ ਵੀ ਜੋ ਪੰਜਾਬ ਤੋਂ ਖਬਰ ਆਉਂਦੀ ਆ ਅਸੀਂ ਉਹਦੇ ਨਾਲ ਉਹਦਾ ਸਾਡੇ ਤੇ ਅਸਰ ਹੁੰਦਾ ਹੈ, ਸੈਂਟੀਮੈਂਟਸ ਅਟੈਚਡ ਹੈਗੇ ਜੀ ਜੀ ਜੀ, ਸੈਂਟੀਮੈਂਟਸ ਅਟੈਚਡ ਹੈਗੇ, ਪਰ ਸਾਡਾ ਜੋ ਫਿਊਚਰ ਹੈ ਜੀ, ਜਿਹੜਾ ਜਿਹੜਾ ਪ੍ਰੈਜੈਂਟ ਅਤੇ ਫਿਊਚਰ ਆ ਉਹ ਸਾਰਾ ਸਾਡਾ ਇੱਥੇ ਅਮੈਰੀਕਾ ਦੇ ਵਿੱਚ ਹੈ, ਸਾਡੇ ਬੱਚਿਆਂ ਦਾ, ਸਾਡੇ ਗ੍ਰੈਂਡਕਿਡਸ ਦਾ, ਤਾਂ ਸਪੈਸ਼ਲੀ ਕਿਉਂਕਿ ਅਮੈਰੀਕਾ ਹੈ ਹੀ ਏਦਾਂ, ਹਰ ਕੌਮ ਵੱਖਰੇ ਵੱਖਰੇ ਇਮੀਗ੍ਰੈਂਟਸ ਆਏ ਡਿਫਰੈਂਟ ਦੇਸ਼ਾਂ ਤੋਂ, ਉਹ ਆ ਕੇ ਇਸ ਦੇਸ਼ ਦਾ ਹਿੱਸਾ ਬਣੇ ਤੇ ਆਪਾਂ ਵੀ ਏਦਾਂ ਹੀ ਇਸ ਦੇਸ਼ ਦਾ ਹਿੱਸਾ ਬਣ ਰਹੇ ਹਾਂ ਬੜੀ ਜਲਦੀ, ਤੇ ਸਾਡਾ ਵੀ ਫਰਜ਼ ਵੀ ਬਣਦਾ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਇਸ ਦੇਸ਼ ਦਾ ਇਹ ਜੀ। ਔਰ ਤੇਜ ਜੀ, ਜਿਵੇਂ ਇਸ ਮੁਲਕ ਵਿੱਚ ਕਿਹਾ ਜਾਂਦਾ ਹੈ ਕਿ ਆਲ ਪੋਲੀਟਿਕਸ ਇਜ਼ ਲੋਕਲ, ਇਸ ਕਰਕੇ ਜਿਹੜੀ ਤੁਹਾਡੀ ਲੋਕਲ ਕਮਿਊਨਿਟੀਜ਼ ਹਨ ਉਹਨਾਂ ਦੇ ਵਿੱਚ ਇੰਗੇਜ ਹੋਣਾ, ਤੁਸੀਂ ਆਪਣੀ ਜਿਹੜੀ ਤੁਹਾਡੀ ਰਿਕੁਆਇਰਮੈਂਟਸ ਹੈਗੀਆਂ, ਜਿਹੜੀ ਤੁਹਾਡੀ ਡਿਮਾਂਡਸ ਹੈਗੀਆਂ, ਤੁਸੀਂ ਉਹ ਇੰਗੇਜ ਹੋ ਕੇ ਇਨਵੋਲਵ ਹੋ ਕੇ ਹਕੂਮਤ ਤੱਕ ਉਹ ਦੱਸ ਸਕਦੇ ਹੋ, ਉਹ ਆਪਣੀ ਜਿਹੜੀ ਰਿਕੁਆਇਰਮੈਂਟਸ ਹੈਗੀਆਂ ਉਹਨਾਂ ਨੂੰ ਫੁਲਫਿਲ ਕਰਵਾ ਸਕਦੇ ਹੋ, ਔਰ ਇਹ ਇੱਕ ਮਤਲਬ ਇੱਕ ਡੈਮੋਕ੍ਰੈਟਿਕ ਨੇਸ਼ਨ ਹੈ, ਕੋਈ ਇੱਥੇ ਇੰਡੀਆ ਵਰਗੀ ਡੈਮੋਕ੍ਰੇਸੀ ਉਹ ਬਿਊਰੋਕ੍ਰੇਸੀ ਨਹੀਂ ਹੈ ਜਿਵੇਂ ਉੱਥੇ IAS ਔਰ PCS ਆਫੀਸਰਸ ਹੁੰਦੇ ਨੇ, ਤੁਹਾਨੂੰ ਲੋਕਲ ਸੈਲਫ ਗਵਰਨਮੈਂਟ ਵਿੱਚ ਇਨਵੋਲਵ ਹੋਣਾ ਪਏਗਾ। ਇਜ਼ ਦੈਟ ਰਾਈਟ? ਹਾਂਜੀ, ਇਹ ਆਪਾਂ ਬੜੇ ਹੀ ਲੱਕੀ ਆ, ਇੱਥੇ ਸਾਰਾ ਕੁਛ ਥੱਲੋਂ ਉੱਤੇ ਨੂੰ ਆਉਂਦਾ, ਆਪਣੇ ਜੋ ਆਪਾਂ ਜਿੱਥੋਂ ਆਏ ਆ ਇੰਡੀਆ ਦੇ ਵਿੱਚ ਸਾਰਾ ਦਿੱਲੀ ਤੋਂ ਹੁਕਮ ਆਉਂਦਾ ਚੱਲੇ ਨੂੰ, ਪੰਜਾਬ ਨੂੰ, ਪੰਜਾਬ ਤੋਂ ਫਿਰ ਚੰਡੀਗੜ੍ਹ ਤੋਂ ਪਿੰਡਾਂ ਨੂੰ, ਉੱਤੋਂ ਹੈਵੀ ਉੱਤੋਂ ਆਉਂਦੇ ਆ ਹੁਕਮ, ਆਪਣਾ ਜੋ ਅਮੈਰੀਕਾ ਹੈ ਇਹਦੀ
ਯੂਨੀਕਨੈਸ ਤੇ ਜੋ ਬੈਸਟ ਕੁਆਲਿਟੀ ਹੈ ਕਿ ਇੱਥੇ ਸਾਰਾ ਗਰਾਊਂਡ ਦਾ ਥੱਲੋਂ ਸ਼ੁਰੂ ਹੁੰਦਾ ਕੰਮ ਐਜ਼ ਅ ਕਮਿਊਨਿਟੀ ਐਜ਼ ਅ ਗ੍ਰਾਸਰੂਟ ਐਫਰਟਸ ਦੇ ਨਾਲ ਇੱਥੇ ਸਾਰਾ ਕੁਝ ਹੁੰਦਾ ਹੈਗਾ। ਹਰ ਕੋਈ ਵੀ ਆਪਾਂ ਕੰਮ ਕਰਾਉਣਾ ਹੈ ਤੁਹਾਨੂੰ ਵਾਸ਼ਿੰਗਟਨ ਡੀਸੀ ਨੇ ਨਹੀਂ ਰੋਕਣਾ, ਤੁਹਾਨੂੰ ਕਿਸੇ ਨੇ ਸਟੇਟ ਨੇ ਹੀ ਰੋਕਣਾ। ਐਕਚੁਲੀ ਜਿਹੜੇ ਆਪਣੀਆਂ ਲੈਂਡ ਯੂਜ ਹੈ ਉਹ ਸਾਰੀਆਂ ਲੋਕਲ ਲੈਵਲ ਤੇ ਹੁੰਦੀਆਂ, ਆਪਣੇ ਥਰੂ ਪਲੈਨਿੰਗ ਕਮਿਸ਼ਨ, ਥਰੂ ਸਿਟੀ ਕਾਊਂਸਲ, ਬੋਰਡ ਸੁਪਰਵਾਈਜ਼ਰ। ਆਪਾਂ ਕਿੱਥੇ ਕੀ ਬਣਾਉਣਾ ਹੈ, ਆਪਾਂ ਕਿੱਦਾਂ ਦੀ ਕਮਿਊਨਿਟੀ ਚਾਹੁੰਦੇ ਹਾਂ, ਇੱਥੇ ਕੀ ਹੋਣਾ ਚਾਹੀਦਾ ਹੈਗਾ, ਇੱਥੇ ਕਿੱਥੇ ਸੜਕਾਂ ਪਾਉਣੀ ਚਾਹੀਦੀਆਂ, ਕਿੱਥੇ ਪਾਰਕ ਪਾਉਣੇ ਚਾਹੀਦੇ, ਸਾਡੇ ਪਾਰਕ ਦੇ ਵਿੱਚ ਕਿਹੋ ਜਿਹੀ ਸਹੂਲਤਾਂ ਚਾਹੀਦੀਆਂ, ਇੱਦਾਂ ਦੀਆਂ ਚੀਜ਼ਾਂ ਦੇ ਇਹ ਸਾਰੀਆਂ ਅਸੀਂ ਲੋਕਲੀ ਡਿਸਾਈਡ ਕਰਨਾ ਹੁੰਦਾ। ਸਾਰਿਆਂ ਦੀ ਕੋਈ ਓਨੀ ਇਨਪੁਟ ਹੁੰਦੀ ਹੈ, ਡੈਮੋਕ੍ਰੇਸੀ ਹੈ। ਹਰ ਬੋਰਡ ਦੇ ਕਮਿਸ਼ਨ ਦੇ 5 ਜਾਂ 7 ਮੈਂਬਰ ਜਾਂ 9 ਮੈਂਬਰ ਹੁੰਦੇ ਆ, ਤੁਸੀਂ ਉਹਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ ਇਨਵੋਲਵਡ ਹੋ, ਉਹਨਾਂ ਦੇ ਮੈਂਬਰ ਬਣੋ। ਤੁਸੀਂ ਵੀ ਆਪਣੀਆਂ ਜਿੱਦਾਂ ਮੈਂ ਹੁਣ ਜਦੋਂ ਸਿਟੀ ਕਾਊਂਸਲ ਦੇ ਵਿੱਚ ਸੀਗਾ, ਸਾਡੇ ਅਸੀਂ ਸਾਡੇ ਬਜ਼ੁਰਗਾਂ ਨੇ ਬੇਨਤੀ ਕੀਤੀ ਕਿ ਅਸੀਂ ਯਾਰ ਅਸੀਂ ਮੈਂ ਕਿ ਤਾਸ਼ ਖੇਡਦੇ ਹਾਂ ਜੀ, ਸਾਡੇ ਲਈ ਕੋਈ ਤੇਜ਼ ਬਣਾ ਤੇਜ਼ੀ। ਅਸੀਂ ਤੁਹਾਡੇ ਨਾਲ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਤੇਜ਼ ਮਾਨ ਜੀ ਨਾਲ, ਜੋ ਕਿ ਕੈਂਡੀਡੇਟ ਹੈਗੇ ਸਟਰ ਕਾਊਂਟੀ 4th ਡਿਸਟ੍ਰਿਕਟ ਦੇ ਸੁਪਰਵਾਈਜ਼ਰ ਦੀ ਪੋਜੀਸ਼ਨ ਲਈ। ਤੇਜ਼ ਜੀ, ਤੁਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਸਾਨੂੰ ਇੱਕ ਇੰਸੀਡੈਂਸ ਦੱਸ ਰਹੇ ਸੀਗੇ ਜਿਹਦੇ 'ਚ ਤੁਹਾਡੀ ਕਮਿਊਨਿਟੀ ਦੇ ਬਜ਼ੁਰਗਾਂ ਨੇ ਤੁਹਾਡੇ 'ਤੇ ਕੁਝ ਡਿਮਾਂਡ ਕੀਤੀ, ਸਾਨੂੰ ਦੱਸੋਗੇ ਉਸ ਡਿਮਾਂਡ ਦੇ ਬਾਰੇ? ਹਾਂਜੀ, ਮੈਂ ਕਹਿ ਰਿਹਾ ਸੀ ਕਿ ਸਾਡੇ ਹਰ ਕਮਿਊਨਿਟੀ ਦੀਆਂ ਲੋੜਾਂ ਹੁੰਦੀਆਂ ਨੇ, ਅਤੇ ਜਦੋਂ ਮੈਂ ਆਪਣੇ ਸਿਟੀ ਕਾਊਂਸਲ ਬਣਿਆ ਤਾਂ ਸਾਡੇ ਜੋ ਪਾਰਕਾਂ ਦੇ ਬਜ਼ੁਰਗ ਬੈਠੇ ਹੁੰਦੇ ਆ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀਗਾ, ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਸਾਡੀਆਂ ਵੀ ਲੋੜਾਂ ਦੇ ਵਿੱਚ ਕੋਈ ਬਹਿਣ ਲਈ ਬੈਂਚ ਵਗੈਰਾ ਹੋਣ, ਛੱਤਿਆ ਹੋਇਆ ਏਰੀਆ ਹੋਵੇ ਛਾਂ ਧੁੱਪ ਤੋਂ ਬਚਣ ਵਾਸਤੇ ਜਾਂ ਮੀਂਹ ਤੋਂ। ਅਤੇ ਜਦੋਂ ਮੈਂ ਸਾਡੇ ਸਿਟੀ ਕਾਊਂਸਲ ਨਾਲ ਫੈਲੋ ਕਾਊਂਸਲ ਮੈਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਤੇਜ਼ ਆਪਣੇ ਸੀਨੀਅਰ ਸੈਂਟਰ ਹੈਗਾ, ਸੋ ਉਹਨਾਂ ਨੂੰ ਸਮਝਾਉਣਾ ਪਿਆ ਵੀ ਸਾਡੇ ਬਜ਼ੁਰਗ ਨਹੀਂ ਪਸੰਦ ਕਰਦੇ ਸਿਟੀ ਸੈਂਟਰ ਕਮਿਊਨਿਟੀ ਸੈਂਟਰ ਦੇ ਵਿੱਚ ਜਾਣਾ, ਸੀਨੀਅਰ ਸੈਂਟਰ ਦੇ ਵਿੱਚ ਜਾਣਾ, ਮੋਰ ਆਜ਼ਾਦ ਨੇ ਉਹ ਆਪਣੇ ਨੇਬਰਹੁੱਡ ਪਾਰਕਸ ਦੇ ਵਿੱਚ ਪਸੰਦ ਕਰਦੇ ਆ। ਸੋ ਅਸੀਂ ਉਹੀ ਪੈਸਾ ਇੱਧਰ ਵਰਤਿਆ ਅਤੇ ਬਹਿਣ ਲਈ ਸਾਡੇ ਬਜ਼ੁਰਗਾਂ ਦੇ ਸ਼ੈਲਟਰ ਬਣਾਇਆ, ਜਿੱਥੇ ਕਿ ਉਹ ਬਹਿ ਕੇ ਆਪਣਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਸਕਦੇ ਨੇ, ਆਪਣੇ ਆਪ ਨੂੰ ਐਂਟਰਟੇਨ ਕਰ ਸਕਦੇ, ਬਿਜ਼ੀ ਕਰ ਸਕਦੇ, ਤਾਸ਼ ਖੇਡਦੇ ਆ ਉੱਥੇ ਬਹਿ ਕੇ, ਜਿੱਦਾਂ ਆਪਣੇ ਬਜ਼ੁਰਗ ਪਿੰਡਾਂ 'ਚ ਬਹਿੰਦੇ ਹੁੰਦੇ ਸੀ, ਬਹਿ ਕੇ ਤਾਸ਼ ਖੇਡਦੇ ਸੀ, ਉੱਥੇ ਫਿਰ ਦਰਖਤ ਲਵਾਏ ਏਰੀਆ ਛੱਤਿਆ ਉਹਨਾਂ ਵਾਸਤੇ। ਸੋ ਕਈ ਵਾਰੀ ਹੁੰਦੀ ਹੈ ਕਿ ਉਹ ਇਤਨੀ ਹੁਣ ਉਹ ਜੇ ਮਹਿਨਾ ਸਿਟੀ ਕਾਊਂਸਲ ਦੇ ਹੁੰਦਾ ਐਗਜੈਕਟਲੀ, ਤੇ ਉਹ ਸਾਡੇ ਬਜ਼ੁਰਗਾਂ ਨੇ ਉਹਨਾਂ ਨੇ ਫੀਲ ਕਰਨਾ ਸੀ ਕਿੱਥੇ ਜਾ ਕੇ ਗੋਰਿਆਂ ਨਾਲ ਗੱਲ ਕਰਾਂਗੇ, ਉਹਨਾਂ ਨੂੰ ਕੀ ਕਵਾਂਗੇ, ਉਹਨਾਂ ਨੇ ਸਾਡਾ ਸਮਝਣਾ ਨਹੀਂ ਗਾ। ਸੋ ਇਹ ਨਿੱਕੀ ਨਿੱਕੀ ਜਿਹੀ ਗੱਲਾਂ ਹੁੰਦੀਆਂ, ਗੱਲ ਬੜੀ ਨਿੱਕੀ ਜਿਹੀ ਹੈ ਵੀ ਕੀ ਕੋਈ ਕੋਈ ਅਰਥ ਸ਼ੇਕਿੰਗ ਨਿਊਜ਼ ਨੇ ਵੀ ਇੱਕ ਪਾਰਕ ਦੇ ਵਿੱਚ 4 ਬੈਂਚ ਲਵਾ ਦੇ, ਕੀ ਵੱਡੀ ਗੱਲ ਹੈ, ਪਰ ਇਹ ਨਿੱਕੀ ਨਿੱਕੀ ਗੱਲਾਂ ਹੀ ਹੁੰਦੀਆਂ ਜਿਹੜੀਆਂ ਅਸੀਂ ਨਾ ਕਰ ਸਕਦੇ ਹਾਂ। ਤੇ ਜੀ ਇਹ ਬਹੁਤ ਬਹੁਤ ਇੰਪੋਰਟੈਂਟ ਹੈ, ਮੈਂ ਤੁਹਾਨੂੰ ਨਿਊਯਾਰਕ ਦਾ ਇੱਕ ਐਗਜ਼ਾਮਪਲ ਦਿੰਦਾ। ਇੱਥੇ ਜਿਹੜੀ ਸਾਡੀ ਸਿਟੀ ਕਾਊਂਸਲ ਹੈ ਉਹ ਇਨਕਰੇਜ ਕਰਦੀ ਹੈ ਬਜ਼ੁਰਗਾਂ ਲਈ ਕਮਿਊਨਿਟੀ ਸੈਂਟਰਸ, ਰਾਈਟ, ਕਿਉਂਕਿ ਇਹ ਕਹਿੰਦੇ ਕਿ ਬਜ਼ੁਰਗ ਇਕੱਲੇ ਹੋ ਜਾਂਦੇ ਨੇ, ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਉਹਨਾਂ ਦੀ ਹੈਲਥ ਰੀਜ਼ਨਸ ਲਈ ਇਹ ਕਮਿਊਨਿਟੀ ਸੈਂਟਰਸ। ਪ੍ਰੋਬਲਮ ਇਹ ਸੀਗਾ ਜਿਵੇਂ ਸਾਡੇ ਜਿਹੜੇ ਬਜ਼ੁਰਗ ਹੈਗੇ ਕਈ ਇੰਗਲਿਸ਼ ਨਹੀਂ ਬੋਲਦੇ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਉੱਥੇ ਉਹਨਾਂ ਦੇ ਫੂਡ ਦੇ ਨਾਲ ਕੰਫਰਟੇਬਲ ਨਹੀਂ ਹਨ, ਉਹਨਾਂ ਦੀ ਲੈਂਗੁਏਜ ਦੇ ਨਾਲ ਕੰਫਰਟੇਬਲ ਨਹੀਂ ਹਨ, ਅਤੇ ਸੰਬਡੀ ਰੀਚ ਆਊਟ ਟੂ ਦੈਮ, ਇਹ ਜਿਹੜੀ ਲੋਕਲ ਉਹਨਾਂ ਦੀ ਆਪਣੀ ਪ੍ਰੋਬਲਮ ਸੀਗੀ ਉਹ ਦੱਸੀ, ਐਂਡ ਦ ਸਿਟੀ ਕਾਊਂਸਲ ਕੇਮ ਵਿਦ ਅ ਸੋਲੂਸ਼ਨ ਟੂ ਹੈਵ ਕਮਿਊਨਿਟੀ ਬੇਸਡ ਸਰਵਿਸ ਸੈਂਟਰਸ। ਉਹ ਉਹਨਾਂ ਵਿੱਚ ਉਹਨਾਂ ਦੀ ਜਿੱਥੇ ਪੰਜਾਬੀ ਬੋਲੀ ਜਾਏ, ਜਿੱਥੇ ਇੰਡੀਅਨ ਫੂਡ ਸਰਵ ਕੀਤਾ ਜਾਏ, ਅਤੇ ਇਹ ਜਿਹੜੀਆਂ ਪ੍ਰੋਬਲਮਸ ਹਨ ਇਹ ਤਾਂ ਹੀ ਸੋਲਵ ਹੋ ਸਕਦੀਆਂ ਅਗਰ ਸਾਡੀ ਕਮਿਊਨਿਟੀ ਦੇ ਜਿਹੜੇ ਬੰਦੇ ਹਨ ਉਹ ਸਿਵਲ ਇੰਗੇਜ ਸਿਵਲੀ ਇੰਗੇਜ ਹੋਣ ਲੋਕਲ ਐਡਮਿਨਿਸਟ੍ਰੇਸ਼ਨ ਦੇ ਨਾਲ। ਹਾਂਜੀ, ਕਿਉਂਕਿ ਜਿਹੜਾ ਪਹਿਲਾਂ ਸੀ ਨਾ ਹਰਜੋਤ ਜੀ, ਜਿਹੜੀ ਪਹਿਲਾਂ ਸੀ ਅਮੈਰੀਕਾ ਬੜੀ ਮੱਚ ਸੀਗੀ, ਵਾਈਟ ਯੂਰੋਪੀਅਨ ਇਮੀਗ੍ਰੈਂਟ ਸੀਗੇ, ਹੁਣ ਜਿੱਦਾਂ ਜਿੱਦਾਂ ਇਮੀਗ੍ਰੈਂਟ ਹੋ ਰਹੇ ਹਨ ਡਿਫਰੈਂਟ ਦੁਨੀਆ ਦੇ ਡਿਫਰੈਂਟ ਵੱਖਰੇ ਹਿੱਸਿਆਂ ਤੋਂ, ਅਮੈਰੀਕਾ ਬਦਲ ਰਹੀ ਹੈਗੀ ਅਤੇ ਸਾਡੀਆਂ ਜ਼ਰੂਰਤਾਂ ਬਦਲ ਰਹੀਆਂ, ਅਤੇ ਸਾਡੇ ਜਿਹੜੇ ਇਲੈਕਟਡ ਅਫੀਸ਼ਲ ਨੇ ਜਿਹਨਾਂ ਨੇ ਡਿਸੀਜ਼ਨਾਂ ਬਣਾਉਣੇ ਆ ਵੀ ਕਿੱਦਾਂ ਪੈਸੇ ਕਿੱਥੇ ਪੈਸੇ ਖਰਚਣੇ ਆ, ਕਿੱਥੇ ਬਜਟ ਐਲੋਕੇਟ ਕਰਨਾ, ਇਹਦੇ ਵਿੱਚ ਨਾ ਅਸੀਂ ਜਿਹੜੇ ਰੈਪ੍ਰਜੈਂਟੇਟਿਵ ਆ ਉਹ ਵੀ ਜਿੱਦਾਂ ਦੇ ਸਾਡੇ ਲੋਕ ਨੇ ਉੱਦਾਂ ਦੇ ਹੋਣੇ ਚਾਹੀਦੇ ਆ, ਸਾਡੇ ਪੰਜਾਬੀ ਵੀ ਹੋਣ, ਸਾਡੇ ਹੋਰ ਦੇਸ਼ਾਂ ਦੇ ਜੋ ਲੋਕ ਆਏ ਉਹ ਵੀ ਹੋਣ, ਕਿਉਂਕਿ ਅਸੀਂ ਰਲ ਕੇ ਜਿੰਨਾ ਜ਼ਿਆਦਾ ਡਿਵਰਸ ਗਰੁੱਪ ਹੋਊਗਾ, ਡਿਵਰਸ ਆਈਡੀਆਜ਼ ਹੋਣਗੇ, ਉਹ ਸਾਰੇ ਆਈਡੀਆ ਦੇ ਵਿੱਚ ਅਸੀਂ ਵਧੀਆ ਆਈਡੀਆ ਲੈ ਕੇ ਅਸੀਂ ਇਸ ਦੇਸ਼ ਨੂੰ ਵਧੀਆ ਬਣਾ ਸਕਦੇ ਹਾਂ, ਸਾਡੇ ਸਾਰਿਆਂ ਦੀਆਂ ਲੋੜਾਂ ਸਾਰਿਆਂ ਦੀਆਂ ਜੋ ਵੱਖਰੀਆਂ ਵੱਖਰੀਆਂ ਲੋੜਾਂ ਹਨ ਉਹ ਅਸੀਂ ਲੋੜਾਂ ਪੂਰੀਆਂ ਕਰ ਸਕਦੇ ਹਾਂ, ਪਰ ਇਹਦੇ ਵਿੱਚ ਲਈ
ਸਾਨੂੰ ਇਨਵੋਲਵ ਹੋਣਾ ਪਊਗਾ। ਜੇ ਅਸੀਂ ਇਨਵੋਲਵ ਹੋਵਾਂਗੇ ਤਾਂ ਅਸੀਂ ਸਾਡੀ ਕਮਿਊਨਿਟੀ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਾਂ। ਜੇ ਅਸੀਂ ਬਾਹਰੇ ਬੈਠੇ ਕੰਪਲੇਂਟ ਕਰੀ ਜਾਣਾ ਵੀ ਇਹ ਤਾਂ ਇੱਦਾਂ ਦੇਸ਼ ਇੱਥੇ ਆਹ ਪ੍ਰੋਬਲਮ ਆਏ ਇੱਥੇ ਆਹ ਨਹੀਂ ਚੰਗਾ ਆਹ ਨਹੀਂ ਚੰਗਾ, ਫਿਰ ਅਸੀਂ ਕੁਛ ਨਹੀਂ ਕਰ ਸਕਦੇ। ਸੋ ਕੰਪਲੇਨ ਕਰਨ ਦੀ ਬਜਾਏ ਇਨਵੋਲਵ ਹੋਵੋ ਜੇ ਕਿਸੇ ਨੂੰ, ਜੋ ਤੁਹਾਡੀ ਕਮਿਊਨਿਟੀ 'ਚ ਕੋਈ ਇਨਵੋਲਵ ਹੋ ਰਿਹਾ ਜੇ ਅੱਛਾ ਇਨਸਾਨ ਹੈ ਉਹਦੀ ਸਪੋਰਟ ਕਰੋ, ਉਹਨਾਂ ਨੂੰ ਜਿਤਾਓ। ਤੇ ਇਨਵੋਲਵਮੈਂਟ ਹੋਣੀ ਚਾਹੀਦੀ ਉਨੀ ਇਨਵੋਲਵਮੈਂਟ ਹੈਗੀ ਹੈ ਇਸ ਵੇਲੇ ਸਾਡੀ ਕਮਿਊਨਿਟੀ ਦੀ? ਨਹੀਂ ਜੀ, ਪਰ ਫਰਕ ਪੈ ਰਿਹਾ। ਮੈਂ 2002 ਦੇ ਵਿੱਚ ਪਹਿਲੀ ਵਾਰੀ ਇਲੈਕਸ਼ਨ ਕਢਾਇਆ ਸੀ ਨਾ, ਸਾਡਾ ਯੂਨੀਵਰਸਿਟੀ ਇੱਕ ਬੜਾ ਪੁਰਾਣਾ ਇਲਾਕਾ ਕੈਲੀਫੋਰਨੀਆ ਦੇ ਵਿੱਚ, ਮੋਸਟ ਜਿਹੜੇ ਪਹਿਲਾਂ ਬੰਦੇ ਆਏ ਸੀ ਅਮੈਰੀਕਾ ਦੇ ਵਿੱਚ, ਉਹਨਾਂ ਦਾ ਸਾਰਿਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਯੂਨੀਵਰਸਿਟੀ ਨਾਲ ਕਨੈਕਸ਼ਨ ਸੀਗਾ। ਇੱਕ ਵਾਰੀ ਜਦੋਂ ਊਧਮ ਸਿੰਘ ਸ਼ਹੀਦ ਵੀ ਇੱਥੇ ਸਾਡੇ ਯੂਨੀਵਰਸਿਟੀ ਲੱਗੇ ਗਏ ਹੋਏ ਨੇ, ਆਪਣੇ ਕੈਰੋਂ ਪ੍ਰਤਾਪ ਸਿੰਘ ਕੈਰੋਂ ਜੋ ਪੰਜਾਬ ਦੇ ਗਏ ਚੀਫ ਮਿਨਿਸਟਰ ਬਣੇ ਸੀ, ਉਹ ਵੀ ਯੂਨੀਵਰਸਿਟੀ ਦੇ ਆਪਣੇ ਖੇਤਰ ਵਿੱਚ ਕੰਮ ਕਰਕੇ ਗਏ ਨੇ। ਸੋ ਸਾਡਾ ਜਿਹੜਾ ਯੂਨੀਵਰਸਿਟੀ ਦਾ, ਫਿਰ ਇੱਥੇ ਨਾਲ ਸਾਡੇ ਸਟਾਫ ਲੈਣਾ ਹੈ, ਗਦਰੀ ਮੂਵਮੈਂਟ ਬਾਬੇ ਗਦਰੀ ਬਾਬੇ 1912-13-14-15 ਸਾਡਾ ਸਟਾਫ ਗੁਰਦੁਆਰਾ। ਸਾਡੀ ਕਮਿਊਨਿਟੀ ਕਾਫੀ ਪੁਰਾਣੀ ਤੇ ਵੱਡੀ ਕਮਿਊਨਿਟੀ ਹੈ, ਇੱਥੇ ਪੰਜਾਬੀ ਬਹੁਤ ਚਿਰਾਂ ਤੋਂ ਰਹਿ ਰਹੇ ਆ, ਤੇ ਸਾਡੇ ਕੋਈ 15-17 ਹਜ਼ਾਰ ਪੰਜਾਬੀ ਹੋਣੇ ਆ। ਜਦੋਂ ਮੈਂ ਪਹਿਲੀ ਵਾਰੀ ਸਿਟੀ ਕਾਉਂਸਲ ਲਈ ਖੜਾ ਹੋਇਆ, ਸਾਡਾ ਕੋਈ 1058 ਰੈਜਿਸਟਰਡ ਵੋਟਰ ਸੀ ਸਿਰਫ। ਅੱਛਾ, ਤੇ ਬਾਹਰ ਬੰਦੇ ਕਹਿੰਦੇ ਯਾਰ ਤੇਜ ਤੈਨੂੰ ਤਾਂ ਬਹੁਤ ਸੌਖਾ ਜਿੱਤਣਾ, ਪਿੱਧਰ ਲੱਕੀ ਆ, ਤੁਹਾਡੇ ਤਾਂ ਬੰਦੇ ਪੰਜਾਬੀ ਬਹੁਤ ਨੇ। ਦੱਸਿਆ ਵੀ 9-10 ਹਜ਼ਾਰ ਵੋਟਾਂ ਦੇ ਨਾਲ ਬੰਦਾ ਸਿਟੀ ਕਾਉਂਸਲ ਮੈਂ ਇਲੈਕਸ਼ਨ ਜਿੱਤੇ, ਤੇ ਸਿਰਫ ਸਾਡਾ 1000 ਰੈਜਿਸਟਰਡ ਵੋਟਰ ਤੇ ਉਹਦੇ ਵਿੱਚ ਪਤਾ ਨੀ ਕਿੰਨੇ ਕਿੰਨੇ ਵੋਟ ਪਾਉਣੀ ਹੈ। ਮੈਂ ਇਨਵੋਲਵਡ ਹੋਇਆ ਤੇ ਇਸ ਵੇਲੇ ਕੋਈ ਸਾਡੇ ਕੋਈ ਤਕਰੀਬਨ 5000 ਬੰਦਾ ਰੈਜਿਸਟਰਡ ਵੋਟਰ ਹੋਣਾ ਗਾ। ਥੋੜੇ ਸਾਲਾਂ ਦੇ ਵਿੱਚ 1000 ਤੋਂ ਅਸੀਂ 5000 ਤੇ ਚਲੇ ਗਏ, ਤੇ ਹੁਣ ਅਸੀਂ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਇਨਵੋਲਵ ਹੋਏ ਹਾਂ। ਪਰ ਮੈਂ ਕਹਿੰਦਾ ਹਜੇ ਵੀ ਘੱਟ ਹੈ, ਤੁਹਾਨੂੰ ਹੋਰ ਇਨਵੋਲਵ ਹੋਣਾ ਚਾਹੀਦਾ। ਇਹੀ ਨੀ ਕਿ ਜੇ ਸਿਰਫ ਕੋਈ ਤੁਹਾਡੇ ਏਰੀਆ 'ਚ ਪੰਜਾਬੀ ਖੜਾ ਹੋਇਆ ਫਿਰ ਹੀ ਤੁਸੀਂ ਵੋਟਾਂ ਪਾਉਣੀ ਹੈ, ਹਮੇਸ਼ਾ ਹੀ ਸਟੱਡੀ ਕਰੋ ਇਸ਼ੂਜ, ਤੇ ਜ਼ਰੂਰੀ ਨਹੀਂ ਵੀ ਸਿਰਫ ਪੰਜਾਬੀ ਹੋਈ ਨੇ ਤੁਹਾਡੇ ਕੰਮ ਆਉਣਾ। ਕੋਈ ਵੀ ਚੰਗਾ ਇਨਸਾਨ ਹੈ ਜੋ ਵੋਟਾਂ 'ਤੇ ਖੜਾ ਹੋਇਆ, ਉਹਦੇ ਵੈਲਿਊ, ਉਹਦੇ ਵਿਊਜ, ਉਹਦੇ ਵੈਲਿਊਜ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਅਤੇ ਇਹ ਜਿਹੜਾ ਅਮੈਰੀਕਨ ਵੋਟਿੰਗ ਪ੍ਰੋਸੈਸ ਹੈ, ਸਿਸਟਮ ਹੈ, ਇਨਵੋਲਵ ਹੋਏ ਅਤੇ ਬੜਾ ਹੀ ਫੇਅਰ ਅਤੇ ਆਨੈਸਟ ਸਿਸਟਮ ਹੈ ਜੀ। ਤੇ ਜੀ, ਅਗਰ ਅਸੀਂ ਤੁਹਾਨੂੰ ਪੁੱਛੀਏ ਕਿ ਕੀ ਇਸ਼ੂਜ਼ ਤੁਸੀਂ ਦੇਖਦੇ ਹੋ ਸਾਡੀ ਸਿੱਖ ਕਮਿਊਨਿਟੀ ਵਾਸਤੇ, ਸਾਡੀ ਪੰਜਾਬੀ ਕਮਿਊਨਿਟੀ ਵਾਸਤੇ, ਇੰਡੀਅਨ ਕਮਿਊਨਿਟੀ ਵਾਸਤੇ, ਪਰਟੀਕੁਲਰਲੀ ਸਟਰ ਕਾਉਂਟੀ ਡਿਸਟ੍ਰਿਕਟ ਫੋਰ ਕੈਲੀਫੋਰਨੀਆ ਵਿੱਚ? ਹਾਂਜੀ, ਇਸ਼ੂ ਤਾਂ ਸਾਰੀ ਦੁਨੀਆ ਆਪਣੇ ਸਾਰੇ ਅਮੈਰੀਕਾ ਦੇ ਵਿੱਚ ਬੇਸਿਕਲੀ ਸੇਮ ਹੀ ਹੁੰਦੇ ਨੇ, ਸਪੈਸ਼ਲੀ ਜਿਹੜੇ ਲੋਕਲ ਲੈਵਲ ਤੇ ਹੈ ਜੀ, ਕੋਈ ਥੋੜਾ ਮੋਟਾ ਡਿਫਰੈਂਸ ਹੁੰਦਾ। ਪਹਿਲੀ ਗੱਲ ਤਾਂ ਸਾਡੀ ਜਿਹੜੀ ਹੁੰਦੀ ਹੈਗੀ ਇਸ਼ੂਜ਼ ਆਪਣੀ ਪਬਲਿਕ ਸੇਫਟੀ, ਲਾ ਇਨਫੋਰਸਮੈਂਟ, ਫਾਇਰ, ਰੋਡਸ ਜੀ, ਇਸ਼ੂ ਹੁੰਦੇ ਨੇ, ਸਾਰੀਆਂ ਬੇਸਿਕ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਲੋਕਲ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ। ਇਸ ਤੋਂ ਇਲਾਵਾ ਹੈਲਪ ਕ੍ਰੀਏਟ ਜੋਬਸ, ਹੈਲਪ ਦੀ ਇੰਡਸਟਰੀ, ਬੀ ਅ ਵੈਲਕਮਿੰਗ ਕਮਿਊਨਿਟੀ ਟੂ ਨਿਊ ਜੋਬਸ, ਨਿਊ ਇੰਡਸਟਰੀ, ਅਤੇ ਕੁਛ ਕੋਈ ਲੋਕਲ ਲੋੜਾਂ ਵੀ ਹੁੰਦੀਆਂ ਕਮਿਊਨਿਟੀ ਦੇ ਵਿੱਚ, ਕਿਸੇ ਏਰੀਆ ਦੇ ਵਿੱਚ ਕੋਈ ਫਲੱਡ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈ ਕਿਸੇ ਦੇ ਵਿੱਚ। ਤੁਹਾਡੀ ਜਿਹੜੀ ਕਾਉਂਟੀ ਹੈ ਉਹ ਫਲੱਡ ਦੇ ਪਰਟੀਕੁਲਰਲੀ ਪ੍ਰੋਨ ਹੈਗੀ ਹੈ, ਰਾਈਟ? ਹਾਂਜੀ, ਸਾਡੀ ਕਮਿਊਨਿਟੀ ਦੇ ਵਿੱਚ ਕਈ ਵਾਰੀ ਫਲੱਡ ਆਏ ਆ, ਤੇ ਐਕਚੁਅਲੀ ਅਸੀਂ ਇਹ ਇਸ਼ੂ, ਮੈਂ 2006 ਦੇ ਵਿੱਚ ਸਿਟੀ ਕਾਉਂਸਲ ਤੇ ਇਲੈਕਟ ਹੋਇਆ ਸੀ, ਅਸੀਂ ਪਹਿਲਾ ਇਸ਼ੂ ਮੈਂ ਟੈਕਲ ਕੀਤਾ ਸੀ 2007 ਦੇ ਵਿੱਚ। ਅਸੀਂ ਮੈਜਰ ਪਾਸ ਕੀਤਾ ਸੀ ਜਿਹਦੇ ਵਿੱਚ ਅਸੀਂ ਮੈਚਿੰਗ ਫੰਡ ਲੋਕਲੀ ਰੇਜ ਕੀਤੇ, ਤੇ ਬਾਹਰੋਂ ਫੈਡਰਲ ਤੇ ਸਟੇਟ ਪੈਸੇ ਦੇ ਨਾਲ ਅਸੀਂ ਜਿਹੜੀ ਸਾਡੀ ਲੈਵੀਜ਼ ਹੈ ਰਿਵਰ ਦੀਆਂ, ਉਹ ਤੇ ਅਸੀਂ ਅਪਰੋਕਸੀਮੇਟਲੀ $500 million ਅਸੀਂ ਲਾ ਚੁੱਕੇ ਹਾਂ ਸਾਡੀ ਲੈਵੀਜ਼ ਬਣਾਈਆਂ ਜੀ। ਹੁਣ ਅਸੀਂ ਫਲੱਡ ਤੋਂ ਕਾਫੀ ਸੇਫ ਮਹਿਸੂਸ ਕਰਦੇ ਹਾਂ, ਪਰ ਹਜੇ ਵੀ ਹੋਰ ਕੰਮ ਕਰਨ ਵਾਲਾ ਹੈਗਾ ਜੋ ਅਸੀਂ ਨੂੰ। ਸੋ ਸਾਡੀ ਲੈਵੀਜ਼ ਪ੍ਰੋਟੈਕਸ਼ਨ ਹੋਣ, ਦੂਜਾ ਕੰਮ ਸੀ ਕਿ ਸਾਡਾ ਸੈਕਰਾਮੈਂਟੋ ਕੈਪੀਟਲ, ਸਾਡੇ ਤੋਂ ਇੱਥੋਂ ਤਕਰੀਬਨ 40 ਮੀਲ ਹੈ, ਤੇ ਅਸੀਂ ਹਜੇ ਵੀ 2-lane ਹਾਈਵੇ ਦੇ ਨਾਲ ਕਨੈਕਟਡ ਸੀਗੇ, ਤੇ ਪਿਛਲੇ ਸਾਲਾਂ ਦੇ ਵਿੱਚ, ਪਿਛਲੇ 10-15-20 ਸਾਲਾਂ ਦੇ ਵਿੱਚ ਅਸੀਂ ਇਹ ਜਿਹੜਾ ਹਾਈਵੇ 99 ਜੋ ਯੂਨੀਵਰਸਿਟੀ ਵਿੱਚ ਲੰਘਦਾ ਹੈ ਸੈਕਰਾਮੈਂਟੋ ਤੋਂ ਆਉਂਦਾ ਹੈ, ਇਹ ਹੁਣ 4-lane ਹਾਈਵੇ ਹੈ,
ਅਗੇਨ ਬੜੀਆਂ ਬੇਸਿਕ ਚੀਜ਼ਾਂ ਲੱਗਦੀਆਂ ਮੈਂ 4 ਲੇਨ ਹਾਈਵੇ ਤਕਰੀਬਨ ਸਾਰੀ ਦੁਨੀਆ 'ਚ ਆਪਣੀ ਅਮੈਰੀਕਾ ਸਾਰੇ ਸ਼ਹਿਰ 'ਚ ਹੈਗਾ ਪਰ ਹਜੇ ਵੀ ਕਈ ਸ਼ਹਿਰ ਹੈਗੇ ਜਿਹੜੇ ਕੱਟ ਆਫ ਹੁੰਦੇ ਨੇ ਹੁਣ ਬਾਇਆ ਫ੍ਰੀਵੇ ਸਿਸਟਮ ਅਸੀਂ ਸੈਕਰਾਮੈਂਟੋ ਅਮੈਰੀਕਾ ਦੀ ਕੈਲੀਫੋਰਨੀਆ ਦੀ ਰਾਜਧਾਨੀ ਨਾਲ ਕਨੈਕਟਡ ਆ ਸੋ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਜੋ ਹਾਈਵੇਜ ਰੋਡਸ ਫਲੱਡ ਪ੍ਰੋਟੈਕਸ਼ਨ ਪੁਲਿਸ ਫਾਇਰ ਪ੍ਰੋਪਰ ਫੰਡਿੰਗ ਬਜਟ ਤੇ ਹੋ ਕਰਨਾ ਕੰਮ ਕਰਨਾ ਮੇਕ ਸ਼ੋਰ ਤੁਹਾਡੇ ਪ੍ਰੋਪਰਲੀ ਸਟੈਫ ਹੈਗੇ ਟ੍ਰੇਨਡ ਹੈਗੇ ਜੀ ਨਹੀਂ ਆਹੀ ਤੇ ਜੀ ਆਹੀ ਲੋਕਲ ਇਸ਼ੂਜ਼ ਹਨ ਔਰ ਇਹ ਜਿਹੜੇ ਇਸ਼ੂਜ਼ ਹਨ ਇਹ ਵਾਸ਼ਿੰਗਟਨ ਬੈਠੇ ਕਿਸੇ ਨੂੰ ਨਹੀਂ ਪਤਾ ਇਹ ਜੋ ਉਸ ਕਮਿਊਨਿਟੀ ਵਿੱਚ ਰਹਿੰਦਾ ਹੈ ਇਹ ਉਹਨਾਂ ਨੂੰ ਹੀ ਪਤਾ ਹੈ ਔਰ ਉਹੀ ਇਸ ਲਈ ਡਿਮਾਂਡਸ ਕਰ ਸਕਦੇ ਹਨ ਔਰ ਇਸ ਦੀ ਸੋਲਿਊਸ਼ਨ ਫਾਈਂਡ ਕਰ ਸਕਦੇ ਹਨ ਸਾਨੂੰ ਥੋੜ੍ਹਾ ਦੱਸੋਗੇ ਇਹ ਜਿਹੜੀ ਟਾਊਨ ਸੁਪਰਵਾਈਜ਼ਰ ਦੀ ਪੋਜੀਸ਼ਨ ਹੈ ਇਸ ਦਾ ਪਰਟੀਕੁਲਰਲੀ ਕੀ ਰੋਲ ਹੈ ਇਹ ਕਾਉਂਟੀ ਆਪਣੇ ਹੁਣ ਜਿਹੜੀ ਕੈਲੀਫੋਰਨੀਆ 58 ਕਾਉਂਟੀਜ਼ ਦੇ ਵਿੱਚ ਵੰਡੀ ਹੋਈ ਹੈਗੀ ਜੀ ਸਾਡੀ ਜਿਹੜੀ ਕਾਉਂਟੀ ਜਿੱਥੇ ਅਸੀਂ ਰਹੇ ਇਹ ਹੈਗੀ ਸਦਰ ਕਾਉਂਟੀ ਸਦਰ ਕਾਉਂਟੀ ਦੇ ਵਿੱਚ ਇੱਕ ਸ਼ਹਿਰ ਹੈਗਾ ਯੂਨੀਵਰਸਿਟੀ ਸਾਡਾ ਪੰਜਾਬੀਆਂ ਦਾ ਇੱਕ ਲਾਇਬੁੱਕ ਸ਼ਹਿਰ ਹੈ ਛੋਟੀ ਜਿਹੀ ਕਾਉਂਟੀ ਹੈ ਇਹ ਸੁਪਰਵਾਈਜ਼ਰ ਦਾ ਜੋ ਮੇਨ ਗੋਲ ਹੁੰਦਾ ਹੈਗਾ ਕਿ ਰੈਪ੍ਰਜੈਂਟ ਕਰਨਾ ਆਪਣੇ ਐਨੀ ਇਲੈਕਟਡ ਅਫੀਸ਼ੀਅਲ ਦਾ ਕੰਮ ਹੁੰਦਾ ਵੀ ਆਪਣੇ ਸਿਟੀਜ਼ਨ ਨੂੰ ਜੋ ਰੈਪ੍ਰਜੈਂਟ ਕਰਨਾ ਉਹਨਾਂ ਨੇ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਸੋ ਐਜ਼ ਅ ਸਦਰ ਕਾਉਂਟੀ ਬੋਰਡ ਦਾ ਸੁਪਰਵਾਈਜ਼ਰ ਤਾਂ ਹੈਗਾ ਵੀ ਆਪਣੇ ਅਸੀਂ ਬਜਟ ਨੂੰ ਮੈਨੇਜ ਕਰੀਏ ਪ੍ਰੋਪਰ ਐਲੋਕੇਟ ਕਰੀਏ ਫੰਡਸ ਨੂੰ ਕਿ ਸਾਡੇ ਸ਼ਹਿਰ ਫੰਡਡ ਹੈ ਉਹਨਾਂ ਕੋਲ ਸਾਰਾ ਜੋ ਚੀਜ਼ਾਂ ਸਰਵ ਕਰਨ ਲਈ ਲੋੜੀਂਦੀਆਂ ਜਾਂ ਵਹੀਕਲਸ ਟ੍ਰੇਨਿੰਗ ਉਹ ਹੈਗੀ ਸਦਰ ਕਾਉਂਟੀ ਫਾਇਰ ਹੈ ਉਹਦੇ ਕੋਲ ਉਹਦੇ ਵਾਸਤੇ ਹੈਗਾ ਸਾਡੇ ਰੋਡ ਬਜਟ ਹੈਗਾ ਸੋ ਬੇਸਿਕਲੀ ਬਿਗੇਸਟ ਪ੍ਰੋਬਲਮ ਜਿਹੜਾ ਫੰਕਸ਼ਨ ਹੁੰਦਾ ਹੈਗਾ ਸੈਂਟਰ ਕਾਉਂਟੀ ਐਂਟੀ ਬੋਰਡ ਸੁਪਰਵਾਈਜ਼ਰ ਦਾ ਹੁੰਦਾ ਹੈਗਾ ਸਾਡੇ ਦੇ ਵਿੱਚ ਉਹ ਹੁੰਦਾ ਵੀ ਆਪਣੇ ਬਜਟ ਨੂੰ ਪ੍ਰਾਇਓਰਟਾਈਜ਼ ਕਰਕੇ ਤੁਹਾਡਾ ਜਿਹੜਾ ਐਕਸਪੀਰੀਅੰਸ ਹੈਗਾ ਦ ਸਿਟੀ ਕਾਉਂਸਲ ਦੈਟ ਵਿਲ ਬੀ ਵੈਰੀ ਵੈਲਿਊਏਬਲ ਫॉर ਦਿਸ ਪੋਜੀਸ਼ਨ ਹਾਂਜੀ ਕਿਉਂਕਿ ਸਿਟੀ ਦੇ ਲੈਵਲ ਤੇ ਵੀ ਉਹੀ ਸੀਗਾ ਬੇਸਿਕਲੀ ਵੀ ਤੁਹਾਡੇ ਪੁਲਿਸ ਡਿਪਾਰਟਮੈਂਟ ਫਾਇਰ ਡਿਪਾਰਟਮੈਂਟ ਰੋਡ ਡਿਪਾਰਟਮੈਂਟ ਪਾਰਕ ਡਿਪਾਰਟਮੈਂਟ ਡਿਫਰੈਂਟ ਡਿਪਾਰਟਮੈਂਟਸ ਨੂੰ ਮੇਕ ਸ਼ੋਰ ਕਰਨਾ ਕਿ ਤੁਹਾਡੇ ਜਿਹੜੇ ਡਿਪਾਰਟਮੈਂਟ ਹੈਡ ਨੇ ਉਹ ਵਧੀਆ ਤੁਸੀਂ ਹਰ ਕੀਤੇ ਹਨ ਦੇ ਪ੍ਰੋਵਾਈਡਿੰਗ ਦਾ ਪ੍ਰੋਪਰ ਟ੍ਰੇਨਿੰਗ ਐਂਡ ਰਿਸੋਰਸਿਸ ਜੋ ਵੀ ਕੰਮ ਉਸ ਡਿਊਟੀਜ਼ ਉਸ ਡਿਪਾਰਟਮੈਂਟ ਨੂੰ ਲਾਈਆਂ ਹੋਈਆਂ ਕਿ ਉਹ ਆਪਣੀਆਂ ਡਿਊਟੀਜ਼ ਫੁਲਫਿਲ ਕਰਨ ਤੇ ਕਮਿਊਨਿਟੀ ਦੀਆਂ ਜੋ ਪਬਲਿਕ ਦੀਆਂ ਜ਼ਰੂਰਤਾਂ ਨੇ ਬੇਸਿਕ ਨੀਡਸ ਨੇ ਉਹ ਮੀਟ ਹੋਣ ਸੋ ਇੰਡਸਟਰੀ ਵਾਸਤੇ ਵੀ ਫੈਸਿਲਿਟੇਟ ਕਰੀਏ ਕਿ ਅਸੀਂ ਇਨਫਰਾਸਟ੍ਰਕਚਰ ਪ੍ਰੋਵਾਈਡ ਕਰੀਏ ਜ਼ੋਨਿੰਗ ਪ੍ਰੋਪਰ ਜ਼ੋਨਿੰਗ ਕਰੀਏ ਕਿ ਜੋ ਕੱਲ੍ਹ ਨੂੰ ਇੰਡਸਟਰੀ ਲੋਕੇਟ ਕਰਨਾ ਚਾਹੁੰਦੀ ਹੈ ਉਹਦੇ ਨਾਲ ਆਲਰੇਡੀ ਪ੍ਰੋਪਰ ਜ਼ੋਨਿੰਗ ਲੈਂਡ ਹੈਗੀ ਉੱਥੇ ਆਲਰੇਡੀ ਸੂਅਰ ਵਾਟਰ ਰੋਡਸ ਵਗੈਰਾ ਇਨਫਰਾਸਟ੍ਰਕਚਰ ਹੈਗਾ ਜੋ ਆ ਕੇ ਤੁਸੀਂ ਤੁਹਾਡੀ ਕਮਿਊਨਿਟੀ ਗਰੋ ਹੋਵੇ ਜਾਬਸ ਕ੍ਰੀਏਟ ਕਰੋ ਘਰਾਂ ਲਈ ਵੀ ਤੁਹਾਡੀ ਪ੍ਰੋਪਰ ਜ਼ੋਨਿੰਗ ਹੈਗੀ ਨਫ ਲੈਂਡ ਅਵੇਲੇਬਲ ਹੈਗੀ ਕਿ ਬਿਲਡਰ ਆ ਕੇ ਘਰ ਬਿਲਡ ਕਰੇ ਸੋ ਤੁਹਾਡੇ ਘਰਾਂ ਦੇ ਪ੍ਰਾਈਸਿਸ ਵੀ ਰੀਜ਼ਨੇਬਲ ਰਹਿਣ ਅਤੇ ਸਾਡੇ ਕੋਲ ਨਫ ਘਰ ਹੈਗੇ ਲੋਕਲ ਇਸ਼ੂਜ਼ ਤੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਬਟ ਅਸੀਂ ਤੁਹਾਡੇ ਨਾਲ ਤੁਹਾਡੇ ਤੋਂ ਥੋੜ੍ਹੀ ਕਿਉਂਕਿ ਸਾਡੇ ਇੱਕ ਨਵੀਂ ਇਮੀਗ੍ਰੈਂਟ ਕਮਿਊਨਿਟੀ ਹੈ ਲੋਕਲ ਪੋਲੀਟਿਕਸ ਸਮਝਣ ਵਾਸਤੇ ਪੋਲੀਟੀਕਲ ਪਾਰਟੀਜ਼ ਦੀ ਆਈਡੀਓਲੋਜੀ ਸਮਝਣ ਵਾਸਤੇ ਅਸੀਂ ਤੁਹਾਡੇ ਨਾਲ ਥੋੜ੍ਹੀ ਹੋਰ ਗੱਲ ਕਰਾਂਗੇ ਇਸ ਬਾਰੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਦ ਵੇ ਫੋਰਵਰਡ ਦ ਵੇ ਫੋਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਤੇਜਬਾਨ ਜੀ ਅਸੀਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਕਿ ਤੁਸੀਂ ਰਿਪਬਲਿਕਨ ਪਾਰਟੀ ਦੇ ਮੈਂਬਰ ਹੈਗੇ ਹੋ ਬਟ ਐਜ਼ ਯੂ ਸੇਡ ਕਿ ਲੋਕਲ ਪੋਲੀਟਿਕਸ ਵਿੱਚ ਬੜੀ ਜ਼ਿਆਦਾ ਪਾਰਟੀ ਦੀ ਐਫੀਲੇਸ਼ਨ ਮੈਟਰ ਨਹੀਂ ਕਰਦੀ ਬਿਕੋਜ਼ ਲੋਕਲ ਕਮਿਊਨਿਟੀਜ਼ ਦੇ ਸਾਂਝੇ ਇਸ਼ੂਜ਼ ਹੁੰਦੇ ਨੇ ਬਟ ਅਸੀਂ ਇੱਕ ਰੀਸੈਂਟ ਇਮੀਗ੍ਰੈਂਟ ਕਮਿਊਨਿਟੀ ਆ ਸਾਡੇ ਕਈ ਕਮਿਊਨਿਟੀ ਮੈਂਬਰਸ ਨੂੰ ਹਾਲੇ ਵੀ ਇਸ ਕੰਟਰੀ ਦੇ ਜਿਹੜੇ ਪੋਲੀਟੀਕਲ ਸਟਰਕਚਰਸ ਹਨ ਉਹ ਬਹੁਤ ਅੱਛੀ ਤਰ੍ਹਾਂ ਸਮਝ ਨਹੀਂ ਆਉਂਦੇ ਤੁਸੀਂ ਸਾਨੂੰ ਇਹ ਦੱਸੋ ਕਿ ਅਗਰ ਐਜ਼ ਫੋਰ ਅ ਨਿਊ ਇਮੀਗ੍ਰੈਂਟ ਤੁਸੀਂ ਉਹਨਾਂ ਨੂੰ ਦੱਸਣਾ ਹੋਏ ਕਿ ਰਿਪਬਲਿਕਨ ਪਾਰਟੀ
ਕਿਨ ਪ੍ਰਿੰਸੀਪਲਸ ਤੇ ਸਟੈਂਡ ਕਰਦੀ ਹੈ? ਇਫ ਯੂ ਹੈਵ ਟੂ ਸੈਲ ਦ ਰਿਪਬਲਿਕਨ ਪਾਰਟੀ ਟੂ ਦੈਮ ਫੋਰ ਦੈਮ ਟੂ ਜੁਆਇਨ ਔਰ ਸਪੋਰਟ, ਤੁਸੀਂ ਕੀ ਕਹੋਗੇ ਉਹਨਾਂ ਨੂੰ? ਇਹ ਕਹਿਣ ਤੋਂ ਪਹਿਲਾਂ ਵੀਰ ਜੀ ਮੈਂ ਇੱਕ ਗੱਲ ਕਹੂੰਗਾ ਕਿ ਜਿਹੜੀਆਂ ਇੱਥੇ ਪਾਰਟੀਆਂ ਰਿਪਬਲਿਕਨ ਤੇ ਡੈਮੋਕ੍ਰੈਟ, ਬੇਸਿਕਲੀ ਟੂ ਪਾਰਟੀ ਸਿਸਟਮ ਹੈਗਾ ਅਮਰੀਕਾ ਦੇ ਵਿੱਚ, ਤੇ ਈਚ ਪਾਰਟੀ ਸਟੈਂਡਸ ਫੋਰ ਸਰਟਨ ਵੈਲਿਊਜ਼, ਸਰਟਨ ਬਲੀਫਸ, ਜੋ ਆਪਣੇ ਆਪਣੇ ਜਿੱਥੋਂ ਪਾਏ ਆ ਪੰਜਾਬ ਤੋਂ, ਉੱਥੇ ਮੋਰ ਕਾਂਗਰਸ ਹੋਵੇ ਜਾਂ ਬੀਜੇਪੀ ਹੋਵੇ, ਉਹਨਾਂ ਦਾ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦਾ ਸਟੈਂਡ ਕੀ ਹੈਗਾ, ਇਟ ਮੋਰ ਪਰਸਨਲ। ਤੇ ਆਪਣੇ ਅਮਰੀਕਾ ਦੇ ਵਿੱਚ ਡੈਮੋਕ੍ਰੈਟ ਪਾਰਟੀ ਇਜ਼ ਮੋਰ ਲਿਬਰਲ ਐਂਡ ਹੈਜ਼ ਮੋਰ ਸੋਸ਼ਲ, ਸੋਸ਼ਲੀ ਮੋਰ ਲਿਬਰਲ। ਜਿਹੜੀ ਰਿਪਬਲਿਕਨ ਪਾਰਟੀ ਹੈ, ਇਹਨਾਂ ਦਾ ਜਿਹੜੇ ਕੋਰ ਬਿਲੀਫ ਹੈ, ਇੱਕ ਤਾਂ ਹੈਗਾ ਵੀ ਜਿਹੜੀ ਗਵਰਨਮੈਂਟ ਸਮਾਲ ਹੋਣੀ ਚਾਹੀਦੀ ਹੈ, ਛੋਟੀ ਹੋਣੀ ਚਾਹੀਦੀ ਹੈ, ਜਿੰਨੀ ਘੱਟ ਤੋਂ ਘੱਟ ਗਵਰਨਮੈਂਟ ਹੋਵੇ ਇਨਵਾਲਵਮੈਂਟ ਲੋਕਾਂ ਦੇ ਅਫੇਅਰਸ ਦੇ ਵਿੱਚ, ਉਹਨੂੰ ਹੀ ਵਧੀਆ। ਤੇ ਦੂਜੀ ਗੱਲ ਹੈ, ਬਿਲੀਵ ਕਰਦੇ ਹੈ ਕਿ ਜਿਹੜੇ ਸਾਡੇ ਟੈਕਸਿਸ ਨੇ, ਪ੍ਰਾਪਰਟੀ ਟੈਕਸ ਹੋਵੇ, ਸੇਲ ਟੈਕਸ ਹੋਵੇ, ਟੈਕਸੇਸ਼ਨ ਹੈ ਜਿਹੜੀ, ਉਹ ਘੱਟ ਹੋਣੀ ਚਾਹੀਦੀ ਹੈ। ਤੇ ਇਹ ਦੋਨੇ ਕੋਰ ਜਿਹੜੇ ਮੇਜਰ ਕੋਰ ਵੈਲਿਊ ਨੇ। ਹੋਰ ਤਾਂ ਜੀ ਆਪਾਂ ਸਾਰਿਆਂ ਦੇ, ਆਈ ਮੀਨ ਪਾਰਟੀ ਦਾ ਵੀ ਸਟੈਂਡ ਹੁੰਦਾ, ਪਰ ਉਦੋਂ ਬਾਅਦ ਪਾਰਟੀ ਤੋਂ ਬਾਅਦ ਸਪੈਸ਼ਲੀ ਲੋਕਲ ਲੈਵਲ ਤੇ ਇਟਸ ਆਲ ਪਰਸਨਲ, ਆਪਣੇ ਜਿਹੜੇ ਬਿਲੀਫਸ ਹੁੰਦੇ ਹਰ ਬੰਦੇ ਦੇ, ਇਨਸਾਨ ਦੇ ਆਪਦੇ ਵੈਲਿਊ ਸਿਸਟਮ ਹੁੰਦਾ, ਉਹਦਾ ਬਿਲੀਫ ਸਿਸਟਮ ਹੁੰਦਾ ਹੈਗਾ। ਪਰ ਜੇ ਕਹਿ ਸਕਦੇ ਹਾਂ ਕਿ ਜੋ ਇੱਕ ਰਿਪਬਲਿਕਨ ਪਾਰਟੀ ਦੇ ਜੋ ਮੇਨ ਕੋਰ ਪੁਆਇੰਟਸ ਨੇ, ਸਮਾਲ ਗਵਰਨਮੈਂਟ, ਲੈਸ ਟੈਕਸਿਸ, ਫ੍ਰੀ ਮਾਰਕੀਟ, ਲੈਟ ਦ ਬਿਜ਼ਨਸ ਮਾਰਕੀਟ, ਫ੍ਰੀ ਮਾਰਕੀਟ ਡਿਕਟੇਟ ਦੀ ਮਾਰਕੀਟ, ਫ੍ਰੀ ਮਾਰਕੀਟਸ, ਅਸੀਂ ਮਸ਼ਕ ਹੈ ਸਮਾਲ ਗਵਰਨਮੈਂਟ, ਸਟੇਟ ਰਾਈਟਸ, ਇੰਡੀਵਿਜੁਅਲ ਲਿਬਰਟੀਜ਼, ਇਹ ਹਾਲਮਾਰਕ ਆਪਾਂ ਕਹਿ ਸਕਦੇ ਹਾਂ ਰਿਪਬਲਿਕਨ ਪਾਰਟੀ ਦਾ। ਐਂਡ ਕੰਪੇਅਰ ਟੂ ਦ ਡੈਮੋਕ੍ਰੈਟ, ਜੋ ਆਈ ਥਿੰਕ ਗਵਰਨਮੈਂਟ ਦਾ ਜ਼ਿਆਦਾ ਵੱਡਾ ਰੋਲ ਦੇਖਦੇ ਨੇ ਲੋਕਾਂ ਦੇ ਵੈਲਫੇਅਰ ਵਿੱਚ, ਉਹਨਾਂ ਦੇ ਵੈਲਬੀਇੰਗ ਵਿੱਚ, ਰਾਦਰ ਜਿਹੜੀ ਰਿਪਬਲਿਕਨ ਪਾਰਟੀ ਹੈ ਉਹ ਚੀਜ਼ਾਂ ਜ਼ਿਆਦਾ ਮਾਰਕੀਟ ਫੋਰਸਿਸ 'ਤੇ ਛੱਡਣਾ ਚਾਹੁੰਦੀ ਹੈ ਕਿ ਆਪ ਹੀ ਲੋਕ ਆਪ ਮਿਹਨਤ ਕਰਨ, ਪੈਸਾ ਕਮਾਉਣ ਔਰ ਆਪਣੀ ਜਿਹੜੀ ਲਾਈਫ ਸਟੈਂਡਰਡਸ ਹਨ ਉਹਨਾਂ ਨੂੰ ਇੰਪਰੂਵ ਕਰਨ। ਫਿਲਾਸਫੀ ਉਹ ਹੈ ਕਿ ਜਿਹੜੇ ਬੰਦੇ ਆਪਦੀ ਨਹੀਂ ਹੈਲਪ ਕਰ ਸਕਦੇ, ਇਹਨਾਂ ਨੂੰ ਸੋਸ਼ਲ ਪ੍ਰੋਗਰਾਮਾਂ ਰਾਹੀਂ, ਟਾਈਟਲਮੈਂਟ ਰਾਹੀਂ ਇਹਨਾਂ ਦੀ ਹੈਲਪ ਕਰੋ, ਇਹਨਾਂ ਨੂੰ ਵੈਲਫੇਅਰ ਦਿਓ, ਜਾਂ ਮਰੀਜ਼ ਨੂੰ ਫ੍ਰੀ ਉਹਨਾਂ ਦਾ ਇਲਾਜ ਕਰੋ। ਜਿਹੜਾ ਬੰਦਾ ਗਰੀਬ ਆ, ਘਰ ਨਹੀਂ ਅਫੋਰਡ ਕਰ ਸਕਦਾ, ਉਹਨੂੰ ਘਰਾਂ ਦੇ ਲਈ ਉਹਨਾਂ ਨੂੰ ਵਾਊਚਰ ਦਿਓ, ਪੈਸੇ ਦਿਓ, ਰੈਂਟ ਦੇ ਵਿੱਚ ਹੈਲਪ ਕਰੋ, ਉਹਨਾਂ ਦੀ ਤਨਖਾਹ, ਗਰੀਬਾਂ ਦੀ ਤਨਖਾਹ ਵਧਾਓ, ਮਿਨੀਮਮ ਵੇਜ ਵਧਾਓ। ਜਿਹੜਾ ਰਿਪਬਲਿਕਨ ਹੁੰਦਾ ਹੈ, ਟੈਂਡਸ ਟੂ ਬੀ ਮੋਰ ਕੰਜ਼ਰਵੇਟਿਵ, ਉਹ ਕਹਿੰਦੇ ਆ ਵੀ ਜੋ ਭੁਗਤਦਾ ਮਾਲਕ ਨੂੰ ਉਹ ਪੇ ਕਰਨ ਦਿਓ, ਜੇ ਤੁਸੀਂ ਬਾਹਲਾ ਤਨਖਾਹ ਵਧਾ ਦੋਗੇ, ਮਿਨੀਮਮ ਵੇਜ ਸੇ ਫੁੱਲ ਲੱਗਾ ਸਮਾਲ ਰੈਸਟੋਰੈਂਟ, ਜੇ ਤੁਸੀਂ ਮਿਨੀਮਮ ਵੇਜ ਵਧਾਓਗੇ ਤਾਂ ਬਿਜ਼ਨਸਮੈਨ ਸਰਵਾਈਵ ਨਹੀਂ ਕਰਦਾ, ਤੇ ਉਹ ਵੀ ਫਿਰ ਉਹ ਤੁਹਾਡੀ ਜਾਬ ਐਲੀਮੀਨੇਟ ਹੋ ਜੂਗੀ। ਸੋ ਬਹੁਤ ਕੇਅਰ, ਆਬਵੀਅਸਲੀ ਬਹੁਤ ਪਾਰਟੀਜ਼ ਕੇਅਰ, ਦੈਟਸ ਵਾਈ ਇੰਨਾ ਚਿਰ ਇਹ ਦੋਨੇ ਪਾਰਟੀਆਂ ਨੇ ਸਰਵਾਈਵ ਕੀਤਾ। ਤੇ ਸੋਸ਼ਲ ਮੂਵਮੈਂਟਸ ਹੁੰਦੇ ਨੇ ਆਪਣੀ ਕੰਟਰੀ ਦੇ ਵਿੱਚ, ਕਦੇ ਥੋੜੀ ਇੱਕ ਪਾਰਟੀ ਥੋੜੀ ਸਟਰੋਂਗ ਹੋ ਜਾਂਦੀ ਹੈ, ਕਦੇ ਦੂਜੀ, ਬਟ ਦੇ ਡਨ ਬੋਥ, ਡਨ ਗੁੱਡ ਐਂਡ ਬੋਥ ਹੈਵ ਗੁੱਡ ਪੁਆਇੰਟਸ ਐਂਡ ਬੈਡ ਪੁਆਇੰਟਸ। ਆਈ ਅਪਰੀਸ਼ੀਏਟ ਯੂ ਸੇਇੰਗ ਦੈਟ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਕੰਟਰੀ ਬੜੀ ਸਟਰੋਂਗਲੀ ਡਿਵਾਈਡਡ ਹੈਗੀ ਹੈ ਪਾਰਟੀ ਲਾਈਨਸ ਤੇ, ਯੂ ਸੇਇੰਗ ਦੈਟ ਦ ਅਦਰ ਸਾਈਡ ਹੈਜ਼ ਸਮ ਗੁੱਡ ਪੁਆਇੰਟਸ ਐਜ਼ ਵੈਲ, ਵੀ ਅਪਰੀਸ਼ੀਏਟ ਦੈਟ। ਬਟ ਅਗਰ ਆਪਾਂ ਐਜ਼ ਐਨ ਆਊਟ ਨਿਊ ਇਮੀਗ੍ਰੈਂਟ, ਅਗਰ ਅਸੀਂ ਪੋਲਿਸੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਵੀ ਕੈਨੋਟ ਡਿਨਾਈ ਦੈਟ ਦੇਅਰ ਇਜ਼ ਐਨ ਐਬਿਊਜ ਐਲੀਮੈਂਟ ਟੂ ਵੈਲਫੇਅਰ, ਰਾਈਟ? ਐਬਿਊਜ਼ ਹੁੰਦਾ ਹੈ ਸਿਸਟਮ ਦਾ, ਬਟ ਉਸਦੀ ਕੁਛ ਰਿਕੁਆਇਰਮੈਂਟਸ ਵੀ ਹੈਗੀਆਂ। ਆਪਾਂ ਜਿਹਨਾਂ ਇਸ ਚੀਜ਼ ਨੂੰ ਸਮਝਦੇ ਹਾਂ, ਜਿਹੜੀ ਰਿਪਬਲਿਕਨ ਪਾਰਟੀ ਹੈ, ਉਹਨਾਂ ਨੇ ਇਨ ਸੋਸ਼ਲ ਪ੍ਰੋਗਰਾਮਸ ਨੂੰ ਹਮੇਸ਼ਾ ਅਪੋਜ਼ ਕੀਤਾ ਹੈ, ਭਾਵੇਂ ਉਹ ਸੋਸ਼ਲ ਸਿਕਿਉਰਿਟੀ ਸੀਗਾ, ਭਾਵੇਂ ਉਹ ਮੈਡੀਕੇਅਰ ਸੀਗਾ, ਭਾਵੇਂ ਉਹ ਰੀਸੈਂਟ ਜਿਹੜੇ ਐਫਰਟਸ ਹੈਗੇ ਹੈਲਥ ਕੇਅਰ ਨੂੰ ਇੰਪਰੂਵ ਕਰਨ ਦੇ ਥਰੂ ਓਬਾਮਾ ਕੇਅਰ ਐਂਡ ਆਲ। ਅਤੇ ਰਿਪਬਲਿਕਨ ਪਾਰਟੀ ਕੀ ਸੋਚਦੀ ਹੈ ਕਿ ਕਿਆ ਕੋਈ ਐਸਾ ਇਨਸਾਨ ਨਹੀਂ ਕਿ ਜਿਸ ਨੂੰ ਇਸ ਚੀਜ਼ ਦੀ ਰਿਕੁਆਇਰਮੈਂਟ ਹੈ, ਕੋਈ ਸੇਫਟੀ ਨੈਟ ਦੀ ਲੋੜ ਨਹੀਂ ਹੈਗੀ ਇਹ ਸੋਸਾਇਟੀ ਵਿੱਚ? ਆਈ ਥਿੰਕ ਰਿਪਬਲਿਕਨ ਜੀ ਐਪਰੀਸ਼ੀਏਟ ਕਰਦੇ ਨੇ ਵੀ ਸੇਫਟੀ ਨੈਟ ਦੀ ਲੋੜ ਹੈਗੀ ਜੀ, ਪਰ ਇੰਨੀ ਵੀ ਨਹੀਂ ਕਿ ਤੁਸੀਂ ਬੰਦੇ ਨੂੰ ਹੈਂਡੀਕੈਪ ਬਣਾ ਦਿਓ। ਹੁਣ ਆਪਾਂ
ਤੁਸੀਂ ਸਪੈਸ਼ਲੀ ਜੋ ਆਪਾਂ ਇੰਡੀਆ ਤੋਂ ਆਏ ਹਾਂ ਲੋਕ, ਆਪਾਂ ਉਸ ਪ੍ਰੋਗਰਾਮਾਂ ਦਾ ਇੰਨਾ ਵਾਲਾ ਫਾਇਦਾ ਨਹੀਂ ਉਠਾਉਂਦੇ, ਅਸੀਂ ਆਪਦੇ ਪੈਰਾਂ ਤੇ ਖੜੇ ਹੁੰਦੇ ਹਾਂਗੇ ਤੇ ਮਿਹਨਤ ਕਰਦੇ ਹਾਂ ਤੇ ਕਾਮਯਾਬ ਹੁੰਦੇ ਹਾਂ ਤੇ ਇੱਕ ਦਿਨ ਅਸੀਂ ਵੈਲਥੀ ਇੰਡੀਵਿਜੁਅਲ ਬਣ ਜਾਂਦੇ ਹਾਂ ਸਟੇਜ ਤੇ। ਸੋ ਮੈਂ ਤੁਹਾਨੂੰ ਇੱਕ ਕਾਫੀ ਪਰਸਨਲ ਸਟੋਰੀ ਦੱਸਾਂ। ਜਦੋਂ ਅਸੀਂ 70s ਦੇ ਵਿੱਚ ਅਮਰੀਕਾ ਦੇ ਵਿੱਚ ਆਏ, 76-75 ਦੀ ਗੱਲ ਹੋਣੀ ਆ, ਉਸ ਨਵੇਂ ਆਏ ਸੀਗੇ, ਅਸੀਂ ਖੇਤਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਦਿਹਾੜੀ ਕਰਦੇ ਹੁੰਦੇ ਸੀ। ਮਾਂ ਪਿਓ ਅਨਪੜ੍ਹ ਸੀਗੇ, ਮੈਂ ਵੀ ਤੇ ਬੱਚੇ ਵੀ ਅਸੀਂ ਨਾਲ, ਸਾਡੇ ਭੈਣ ਭਰਾ ਸੀ, ਸਾਰਿਆਂ ਨੇ ਮਾਂ ਪਿਓ ਦੇ ਨਾਲ ਖੇਤ ਦੇ ਵਿੱਚ ਦਿਹਾੜੀ ਕਰਨ ਜਾਣਾ, ਲੇਬਰ ਐਜ਼ ਫਰੂਟ ਪਿਕਿੰਗ ਐਂਡ ਲਾਈਕ ਦੈਟ। ਉਹ ਚ ਇੱਕ ਮੇਰੇ ਡੈਡ ਦਾ ਨਾਲ ਬੰਦਾ ਉੱਥੇ ਕੰਮ ਕਰ ਰਿਹਾ ਸੀ ਖੇਤ ਦੇ ਵਿੱਚ, ਤਾਂ ਉਹ ਸਾਡੇ ਡੈਡ ਨੂੰ ਦੱਸਣ ਲੱਗਿਆ, ਮੇਰੇ ਡੈਡ ਕਹਿਣ ਲੱਗੇ ਵੀ ਅਸੀਂ ਤਾਂ ਹੁਣ ਘਰ ਖਰੀਦ ਲੈਣਾ। ਉਹ ਕਹਿੰਦਾ ਯਾਰ ਤੁਸੀਂ ਘਰ ਕਿਉਂ ਖਰੀਦ ਦਿਓਗੇ, ਅਸੀਂ ਉੱਥੇ ਰਹਿੰਦੇ ਹਾਂ ਲੇਬਰ ਕੈਂਪ ਦੇ ਵਿੱਚ, ਐਸਾ ਗਵਰਨਮੈਂਟ ਸਬਸਿਡਾਈਜ਼ ਹਾਊਸਿੰਗ ਜਿੱਥੇ ਬੜਾ ਲੋਡ ਰੈਂਟ ਹੈਗਾ, ਤੇ ਉਹ ਕਹਿੰਦਾ ਵੀ ਤੁਸੀਂ ਐਵੇਂ ਘਰ ਲਓਗੇ, ਮੈਂ ਤਾਂ ਸਾਡਾ ਪਾਣੀ ਬਿਜਲੀ ਵੀ ਬਹੁਤ ਸਸਤਾ ਹੈ, ਫ੍ਰੀ ਵਾਂਗੂ ਹੈ, ਤਾਂ ਅਸੀਂ ਤਾਂ ਸਾਡੇ ਘਰੇ ਹੁਣ ਲਾਈਟਾਂ ਆਉਣ ਪਈਆਂ, ਖੇਤ ਕੰਮ ਕਰੀ ਜਾਂਦੇ, ਇੱਥੇ ਸਰਕਾਰ ਵੀ ਬਹੁਤ ਵਧੀਆ, ਇੱਥੇ ਸਭ ਕੁਛ ਦਿੰਦੀ ਹੈਗੀ। ਤੇ ਮੇਰੇ ਡੈਡ ਕਹਿੰਦੇ ਅਸੀਂ ਇੱਥੇ ਸਰਕਾਰਾਂ ਤੋਂ ਹੈਂਡ ਆਊਟ ਲੈਣ ਵਾਸਤੇ ਇੱਥੇ ਮੂਵ ਹੋਏ, ਅਸੀਂ ਆਪਦੇ ਬੱਚਿਆਂ ਨੂੰ ਇੱਥੇ ਪੜ੍ਹਾ ਕੇ ਤਰੱਕੀ ਕਰਨੀ ਹੈਗੀ। ਤੇ ਮੈਂ ਵੇਖਿਆ ਕਿ ਕਈ ਸਾਲ ਲੰਘ, ਅਸੀਂ ਉਸ ਸਾਲ ਉਹ ਮਕਾਨ ਲਿਆ, ਅਸੀਂ ਉਹ ਮਕਾਨ ਦਾ ਵੈਲਿਊ ਵਧਿਆ, ਉਹ ਮਕਾਨ ਵੇਚ ਕੇ ਅਸੀਂ ਦੋ ਮਕਾਨ ਲੈ ਲਿਆ, ਇੰਨਾ ਉਹਦਾ ਪ੍ਰੋਫਿਟ ਹੋਇਆ ਉਹਦੇ ਵਿੱਚੋਂ। ਕਈ ਸਾਲਾਂ ਬਾਅਦ ਉਹ ਬੰਦਾ ਹਜੇ ਵੀ ਉੱਥੇ ਰਹਿ ਰਿਹਾ ਸੀ ਤੇ ਉਹਦੀ ਉਹ ਵੀ ਫਾਈਨੈਂਸ਼ੀਅਲ ਕੰਡੀਸ਼ਨ ਸੀਗੀ। ਸੋ ਜੇ ਅਸੀਂ ਡੈਮੋਕਰੈਟ ਦੇ ਪ੍ਰੋਸੈਸ ਨਾਲ ਦੇਖੀਏ ਤਾਂ ਵੀ ਯਾਰ ਉਹ ਬੜਾ ਵਧੀਆ, ਅਮੈਰੀਕਾ ਦੇਖੋ ਗਰੀਬ ਬੰਦੇ ਦੀ ਹੈਲਪ ਕਰ ਰਹੇ ਆ, ਪਰ ਜੇ ਅਸੀਂ ਰਿਪਬਲਿਕਨ ਵੈਲਿਊ ਵੱਲੋਂ ਦੇਖੀਏ ਤਾਂ ਔਰ ਗਵਰਨਮੈਂਟ ਨੇ ਉਹਨੂੰ ਬੰਦੇ ਨੂੰ ਹੈਂਡੀਕੈਪ ਬਣਾਤਾ, ਉਹਨੇ ਉਹ ਸਿਸਟਮ ਤੇ ਰਿਲਾਈ ਕਰਨ ਲੱਗ ਗਿਆ, ਮਿਹਨਤ ਕਰਨ ਦੀ ਬਜਾਏ ਇਨਵੈਸਟ ਕਰਨ ਦੀ ਬਜਾਏ, ਤੇ ਉਹ ਗਰੀਬ ਰਹਿ ਗਿਆ। ਤੇ ਜਿਹੜੇ ਬੰਦੇ ਨੇ ਮਿਹਨਤ ਕੀਤੀ ਤੇ ਅਮੈਰੀਕਾ ਸਿਸਟਮ ਦਾ ਫਾਇਦਾ ਉਠਾ ਕੇ ਆਪਦੀ ਤਰੱਕੀ ਕੀਤੀ, ਉਹ ਅਮੀਰ ਹੋ ਗਿਆ। ਸੋ ਰਿਪਬਲਿਕਨ ਸੋਚਦੇ ਆ ਜੇ ਤੁਸੀਂ ਬੰਦੇ ਨੂੰ ਆਪਰਚੁਨਿਟੀਜ ਪ੍ਰੋਵਾਈਡ ਕਰੋ ਤੇ ਉਹ ਬਾਹਲੇ ਹਰਡਲਸ ਨਾ ਪਾਓ, ਗਵਰਨਮੈਂਟ ਰੈਗੂਲੇਸ਼ਨ ਨੂੰ ਘੱਟ ਰੱਖੋ, ਤੇ ਤੁਸੀਂ ਤਰੱਕੀ ਕਰੋਗੇ ਜੀ। ਅਸੀਂ ਪਰ ਜੋ ਡੈਮੋਕਰੈਟ ਦਾ ਹੈਗਾ ਵੀ ਯਾਰ ਉਹ ਵਿਚਾਰਾ ਗਰੀਬ ਆ, ਉਹਦੀ ਹੈਲਪ ਕਰੋ, ਉਹ ਤਾਂ ਬਹੁਤ ਮੁਸ਼ਕਲ ਆ, ਸਾਡੇ ਪ੍ਰੋਗਰਾਮਾਂ ਤੋਂ ਬਿਨਾਂ ਉਹਨੇ ਸਰਵਾਈਵ ਹੀ ਨਹੀਂ ਕਰਨਾ, ਤੇ ਜੇ ਅਸੀਂ ਉਹਦੀ ਹੈਲਪ ਨਾ ਕੀਤੀ ਤਾਂ ਉਹ ਵਿਚਾਰਾ ਕੀ ਕਰੂਗਾ। ਉਹ ਹੈਗਾ ਡੈਮੋਕਰੈਟਿਕ ਫਲਾਸਫੀ, ਤੇ ਉਹ ਫਲਾਸਫੀ ਹਾਂ ਲੋੜ ਹੁੰਦੀ ਹੈ ਕਈ ਵਾਰੀ ਮਜਬੂਰ, ਪਰ ਅਸੀਂ ਮੈਂ ਸੋਚਦਾ ਕਿ ਕਈ ਅਮਰੀਕਾ ਦੇ ਵਿੱਚ ਅਸੀਂ ਥੋੜਾ ਜਿਹਾ ਵਾਲਾ ਹੀ ਇਹ ਪ੍ਰੋਗਰਾਮ ਕ੍ਰੀਏਟ ਕਰ ਛੱਡਿਆ ਕਿ ਲੋਕ ਜਨਰੇਸ਼ਨ ਟੂ ਜਨਰੇਸ਼ਨ ਵੈਲਫੇਅਰ ਤੇ ਰਹਿੰਦੇ ਆ, ਕਿ ਉਹ ਹੈਂਡੀਕੈਪ ਹੋ ਜਾਂਦੇ ਆ, ਕਿ ਉਹਨਾਂ ਦੇ ਵਿੱਚ ਕੋਈ ਸਟਰੈਂਥ ਹੀ ਨਹੀਂ ਰਹਿੰਦੀ, ਜਾਂ ਉਹਨਾਂ ਦੇ ਵਿੱਚ ਕੋਈ ਆਈਡੀਆ ਨਹੀਂ ਹੁੰਦਾ ਵੀ ਅਸੀਂ ਤਰੱਕੀ ਕਰ ਸਕਦੇ ਹਾਂ, ਅਸੀਂ ਕੁਛ ਪੜ੍ਹ ਸਕਦੇ ਹਾਂ। ਉਹ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ, ਤੀਜੀ ਜਨਰੇਸ਼ਨ ਉਸ 'ਤੇ ਇੰਨੀ ਰਿਲਾਇੰਟ ਹੋ ਜਾਂਦੀ ਹੈ ਕਿ ਉਹ ਫੇਲ ਹੋ ਜਾਂਦੇ ਲਾਈਫ ਦੇ ਵਿੱਚ। ਡੰਗੋਰਾ ਦੇ ਵਿੱਚ ਕਹਾਵਤ ਹੈ ਕਿ ਤੈਨੂੰ ਫੀਡ ਕਰਨਾ ਹੈ, ਡੋਂਟ ਗਿਵ ਮ ਫਿਸ਼, ਕੈਪੀਟਲਿਜ਼ਮ ਨੂੰ ਵਧਾਇਆ ਨਹੀਂ ਜਾਂ ਉਹ ਉਸਨੂੰ ਪ੍ਰਮੋਟ ਨਹੀਂ ਕਰਦੇ, ਉਹ ਹਰ ਚੀਜ਼ ਵਿੱਚ ਸਿਰਫ ਗਵਰਨਮੈਂਟ ਦੀ ਇੰਟਰਵੈਂਸ਼ਨ ਹੀ ਦੇਖਦੇ ਜਾਂ ਬਿਜ਼ਨਸ ਦੇ ਅਗੇਂਸਟ ਹੈਗੇ? ਰਿਪਬਲਿਕਨ ਵੈਲਿਊਜ਼ ਦੇ ਨਾਲ, ਰਿਪਬਲਿਕਨ ਪਾਰਟੀ ਦੇ ਬਲੀਫਸ ਨੂੰ ਵੈਲਿਊਜ਼ ਦੇ ਨਾਲ ਅਸੀਂ ਜ਼ਿਆਦਾ ਤਰੱਕੀ ਕਰ ਸਕਦੇ ਹਾਂ, ਕਿਉਂਕਿ ਸਾਡੇ ਵੀ ਜਿਹੜੇ ਸਿੱਖੀ ਦੇ ਵਿੱਚ ਵੀ ਇਹੀ ਬਲੀਵ ਨੇ, ਕਿਰਤ ਕਰੋ, ਕਮਾਈ ਕਰੋ ਤੇ ਵੰਡ ਕੇ ਛਕੋ। ਮੈਂ ਫਿਰ ਵੀ ਯਕੀਨ ਰੱਖਦਾ ਕਿ ਜਿਹੜੇ ਰਿਪਬਲਿਕਨ ਵੈਲਿਊਜ਼ ਨੇ ਇਹ ਤੁਹਾਨੂੰ ਸਟਰੋਂਗ ਬਣਾਉਂਦੇ ਆ, ਇਹ ਕਹਿੰਦੇ ਆ ਕਿ ਤੁਸੀਂ ਆਪ ਦੀ ਮਿਹਨਤ ਕਰੋ, ਕਿਸੇ ਦੇ ਨਾਲ ਡਿਪੈਂਡ ਕਰੋ ਤੇ ਮਿਹਨਤ ਕਰੋ ਤੇ ਤਰੱਕੀ ਕਰੋ ਤੇ ਗਵਰਨਮੈਂਟ ਦਾ ਇਨਵੋਲਵਮੈਂਟ ਮਿਨੀਮਮ ਰੱਖੋ। ਤੇ ਜੀ ਅਗਰ ਅਸੀਂ ਆਪਣੇ ਮਤਲਬ ਫਾਊਂਡਿੰਗ ਪ੍ਰਿੰਸੀਪਲਸ ਦੀ ਗੱਲ ਕਰੀਏ ਤੇ ਯੂਅਰ ਰਾਈਟ, ਇਹ ਜਿਹੜੇ ਪ੍ਰਿੰਸੀਪਲਸ ਹੈਗੇ ਇਹ ਇਸ ਇਹ ਮੁਲਕ ਇਸ ਇਨ ਪ੍ਰਿੰਸੀਪਲਸ ਦੀ ਬੁਨਿਆਦ 'ਤੇ ਬਣਿਆ ਹੈ। ਜਿਹੜੇ ਜੈਫਰਸਨ ਸੀਗੇ ਉਹ ਕਹਿੰਦੇ ਆਮ ਨੋਟ ਅ ਬਿਗ ਫੈਨ ਆਫ ਬਿਗ ਗਵਰਮੈਂਟ, ਇਟਸ ਆਲਵੇਜ਼ ਓਪਰੈਸਿਵ, ਠੀਕ ਹੈ, ਸਮਾਲ ਗਵਰਮੈਂਟ ਦੀ ਗੱਲ ਕਰਦੇ ਨੇ ਹਮੇਸ਼ਾ ਕੀਤੀ ਹੈ। ਬਟ ਐਟ ਦ ਸੇਮ ਟਾਈਮ ਇੱਕ ਹੋਰ ਪ੍ਰਿੰਸੀਪਲ ਜਿਹੜਾ ਇੱਕ ਫਾਊਂਡਿੰਗ ਪ੍ਰਿੰਸੀਪਲ ਹੀ ਸੀਗਾ ਕਿ ਬਈ ਦੇ ਆਰ ਨੋਟ ਅ ਬਿਗ ਫੈਨ ਆਫ ਵੈਰੀ ਬਿਗ ਬਿਜ਼ਨਸਿਸ, ਕਿਉਂਕਿ ਜਿਹੜੇ ਵੈਰੀ ਬਿਗ ਬਿਜ਼ਨਸ ਹਨ ਉਹਨਾਂ ਦਾ ਕੋਈ ਮੋਰਲ ਨਹੀਂ ਹੁੰਦਾ, ਉਹਨਾਂ ਦਾ ਇੱਕੋ ਮੋਰਲ ਹੈ ਉਹ ਹੈਗਾ ਪ੍ਰੋਫਿਟ। ਔਰ ਆਪਾਂ ਅਗਰ ਇਹ ਚੀਜ਼ ਵੇਖੀਏ ਇਸ ਟਾਈਮ
ਜਿਹੜੀ ਬਿਗ ਕਾਰਪੋਰੇਸ਼ਨ ਦੀ ਪ੍ਰੋਫਿਟਸ ਇਸ ਲੈਵਲ ਤੱਕ ਪਹੁੰਚ ਗਈ ਹੈ ਕਿ ਜਿਹੜਾ ਉਸਦੇ ਕੋਰਸਪੋਂਡਿੰਗ ਜਿਹੜੇ ਉਹਨਾਂ ਨਾਲ ਕੰਮ ਕਰਨ ਵਾਲੇ ਨੇ ਉਹਨਾਂ ਦੀ ਜਿਹੜੀ ਵੇਜਿਸ ਹਨ ਉਹ ਨਹੀਂ ਵਧ ਰਹੀਆਂ ਐਟਲੀਸਟ ਇਨ ਦ ਲਾਸਟ 20-30 ਈਅਰਸ। ਇਜ਼ ਦੈਟ ਨੋਟ ਅ ਜੈਨੂਇਨ ਕੰਸਰਨ ਵਿਚ ਨੀਡਸ ਸਮ ਰਿਡਰੈਸਲ ਬਾਈ ਦ ਗਵਰਨਮੈਂਟ? It's definitely a genuine concern, and that's why I think you see Bernie being so popular. But problem hai ji done side na pretty strong abe ho rahi ne ki government bhi na karde hoye par parpanaje par democrat a jave government is always bigger every day, it's getting bigger and it's shrinking hoyi te jehdi corporation hai ਉਦੋਂ ਜਦੋਂ ਆਪਣੀ ਕੰਟਰੀ ਸ਼ੁਰੂ ਹੋਈ ਸੀਗੀ ਉਦੋਂ ਮੋਨੋਪੋਲੀ ਹੁੰਦੀ ਸੀ ਇਹਨਾਂ ਦੀ ਵੱਡੀਆਂ ਵੱਡੀਆਂ ਕੰਪਨੀਆਂ ਦੀ, ਉਹ ਕੰਪਨੀਆਂ ਤੋੜੀਆਂ ਤੇ ਛੋਟੀਆਂ ਬਣਾਈਆਂ। ਪਰ ਹੁਣ ਫਿਰ ਹੁਣ ਤੁਸੀਂ ਐਪਲ ਦੇਖੋ, ਐਪਲ ਦਾ ਵੈਲਿਊ ਹੈ ਕਈ ਕੰਟਰੀਆਂ ਨਾਲੋਂ, ਇਕੱਲੀ ਕੰਪਨੀ ਐਪਲ ਤਕੜੀ ਮੋਰ ਫਾਈਨੈਂਸ਼ਲੀ ਸਟਰੋਂਗਰ ਵਰਸ ਮੋਰ, ਦੋਨੇ ਹੀ ਗਲਤ ਨੇ। ਤੇ ਮੈਂ ਸ਼ੁਰੂ ਦੇ ਵਿੱਚ ਤੈਨੂੰ ਕਿਹਾ ਸੀ ਕਿ ਕੁਛ ਵੈਲਿਊ ਮੈਨੂੰ ਰਿਪਬਲਿਕਨ ਪਾਰਟੀ ਦੇ ਚੰਗੇ ਲੱਗਦੇ ਆ, ਕੁਛ ਡੈਮੋਕਰੈਟ ਦੇ ਵੀ ਚੰਗੇ ਲੱਗ ਰਹੇ ਆ। ਮੈਂ ਇਸ ਜਿਹੜਾ ਰਿਪਬਲਿਕਨ ਪਹਿਲੀ ਦਾ ਹੈ ਵੀ ਐਟ ਐਨੀ ਕਾਸਟ ਦਿਸ ਕਾਰਪੋਰੇਸ਼ਨ ਵਰਲਡ ਇਜ਼ ਰਾਈਟ, ਮੈਂ ਉਹਦੇ ਨਾਲ ਟੋਟਲ 100% ਡਿਸਐਗਰੀਮੈਂਟ ਹਾਂ। ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਟੈਕਸ ਨਹੀਂ ਪੇ ਕਰਦੀਆਂ ਤੇ ਸਿਰਫ ਡਾਲਰ ਨੂੰ ਮੱਥਾ ਟੇਕਦੇ ਆ ਕਿਸੇ ਚੀਜ਼ ਚ, ਉਹਨਾਂ ਰੱਬ ਵੀ ਡਾਲਰ ਹੀ ਆ, ਉਹਨਾਂ ਦਾ ਹੋਰ ਕੋਈ ਬਿਲੀਫ ਸਿਸਟਮ ਹੈ ਨਹੀਂ ਗਾ। ਡਾਲਰ ਇਜ਼ ਦ ਬਾਟਮ ਲਾਈਨ। ਆਈ ਥਿੰਕ ਐਜ਼ ਅ ਹਿਊਮਨ ਬੀਇੰਗ ਇਟਸ ਰੋਂਗ, ਕਿਉਂਕਿ ਹਰ ਚੀਜ਼ ਤੁਸੀਂ ਡਾਲਰ ਨਾਲ ਨਹੀਂ ਤੋਲ ਸਕਦੇ। ਜਿਹੜਾ ਜਿਹੜੇ ਬੰਦੇ ਤੁਹਾਡੇ ਉਹ ਕਾਰਪੋਰੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ, ਉਹ ਮਿਨੀਮਮ ਵੇਜ ਤੇ ਨੇ, ਸਟਰਗਲ ਕਰ ਰਹੇ ਨੇ, ਉਹ ਸੋਸ਼ਲ ਪ੍ਰੋਗਰਾਮ ਤੇ ਰਿਲਾਏ ਕਰਦੇ ਨੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਐਜ਼ ਅ ਰਿਪਬਲਿਕਨ ਵੀ ਆ ਸੋਸ਼ਲ ਪ੍ਰੋਗਰਾਮ ਬੈਡ ਨੇ, ਦੂਜੇ ਪਾਸੇ ਅਸੀਂ ਏਦਾਂ ਦਾ ਮਾਹੌਲ ਕ੍ਰੀਏਟ ਕਰਦੇ ਹਾਂ ਕਿ ਸਾਡੇ ਇੰਪਲੋਈਜ਼ ਵੀ ਉਹ ਸੋਸ਼ਲ ਪ੍ਰੋਗਰਾਮ ਤੇ ਡਿਪੈਂਡ ਕਰਦੇ ਨੇ। ਕੋਸ਼ਿਸ਼ ਕੀਤੀ ਇਸ ਦੀ ਵੈਲਫੇਅਰ, ਹੁਣ ਜਿਹੜਾ ਵੈਲਫੇਅਰ ਦਾ ਜੋ ਰਿਫੋਰਮ ਹੋਇਆ ਹੈ ਤਾਂ ਓਨਲੀ ਪ੍ਰੈਜ਼ੀਡੈਂਟ ਹੂ ਹੈਜ਼ ਟੈਕਲਡ ਦੈਟ ਇਜ਼ ਪ੍ਰੈਜ਼ੀਡੈਂਟ ਕਲਿੰਟਨ, ਜਿਨ੍ਹਾਂ ਨੇ ਵਰਕ ਰਿਕੁਆਇਰਮੈਂਟ ਜਿਹੜੀ ਕੀਤੀ ਸੀ। ਬਟ ਤੇਜ ਜੀ, ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਹੋ ਦ ਵੇ ਫਾਰਵਰਡ। ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਗੱਲ ਕਰ ਰਹੇ ਹਾਂ ਸਰਟਰ ਕਾਊਂਟੀ 4th ਡਿਸਟ੍ਰਿਕਟ ਸੁਪਰਵਾਈਜ਼ਰ ਦੀ ਪੋਸਟ 'ਤੇ ਕੈਂਡੀਡੇਟ ਸ਼੍ਰੀ ਤੇਜ ਮਾਨ ਜੀ ਨਾਲ। ਤੇਜ ਜੀ, ਅਸੀਂ ਤੁਸੀਂ ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਜਿਹੜੀ ਰਿਪਬਲਿਕਨ ਪਾਰਟੀ ਹੈ ਉਹਨਾਂ ਦੀ ਜਨਰਲ ਜਿਹੜੀ ਆਈਡੀਓਲੋਜੀ ਹੈ ਉਸਦੇ ਬਾਰੇ 'ਚ ਸਾਨੂੰ ਜਾਣੂ ਕਰਾਇਆ। ਕੁਛ ਹੋਰ ਇਸ਼ੂਜ਼ ਹਨ ਜਿਸ ਦੇ ਉੱਪਰ ਡਿਵੀਜ਼ਨ ਹੈਗੀ ਹੈ ਬੋਥ ਪਾਰਟੀਜ਼ ਦੀ, ਕੁਛ ਸੋਸ਼ਲ ਇਸ਼ੂਜ਼। ਬਟ ਮੈਂ ਇੱਕ ਚੀਜ਼ ਪਰਸਨਲੀ ਫੀਲ ਕਰਦਾ, ਆਈ ਥਿੰਕ ਜਿਹੜਾ ਵਰਡ ਕੰਜ਼ਰਵੇਟਿਵ ਹੈ ਉਹ ਇਸ ਚੀਜ਼ ਨੂੰ ਐਕਸਪਲੇਨ ਕਰਦਾ ਹੈ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ ਚੇਂਜ ਨੂੰ ਇੰਨੀ ਜਲਦੀ ਅਡੋਪਟ ਨਹੀਂ ਕਰਦੀ, ਰਾਈਟ? ਔਰ ਕਈ ਵਾਰ ਥੋੜ੍ਹਾ ਹਾਰਡਲਾਈਨ ਸਟੈਂਸ ਲੈ ਲੈਂਦੀ ਹੈ, ਜਿਵੇਂ ਸਿਵਲ ਰਾਈਟ ਸੀਗੇ, ਯੂ ਨੋ, ਕੁਛ ਪਾਪੂਲੇਸ਼ਨ ਸੀ ਕੰਟਰੀ ਦੀ ਜਿਹੜੀ ਡਿਸਇਨਫਰੈਂਚਾਈਜ਼ ਸੀਗੀ, ਉਹਨਾਂ ਲਈ ਸਿਵਲ ਰਾਈਟਸ ਐਕਟ ਆਇਆ, ਬਟ ਵੈਰੀ ਗੋਲਡ ਵਾਟਰ ਜੈਸੇ ਪ੍ਰੋਮੀਨੈਂਟ ਜਿਹੜੇ ਕੰਜ਼ਰਵੇਟਿਵ ਲੋਕ ਸੀਗੇ ਉਹਨਾਂ ਨੇ ਉਸ ਨੂੰ ਅਪੋਜ਼ ਕੀਤਾ ਇਸ ਰਾਈਟ 'ਤੇ ਕਿ ਬਈ ਜਿਹੜੇ ਸਟੇਟ ਰਾਈਟਸ ਹਨ ਉਹਨਾਂ ਦੇ ਉੱਪਰ ਤੁਸੀਂ ਸਟੈਪ ਨਾ ਕਰੋ, ਵਿਦਾਊਟ ਲੁਕਿੰਗ ਕਿ ਉਹ ਕਿੰਨਾ ਇੰਪੋਰਟੈਂਟ ਹੈ। ਕਈ ਸਟੇਟਸ ਮਿਸਿਸਿਪੀ ਵਰਗੀਆਂ, ਜੋਰਜੀਆ ਵਰਗੀਆਂ, ਜਿਨ੍ਹਾਂ ਨੇ ਉਹ ਰਾਈਟਸ ਉਨ ਬਲੈਕ ਲੋਕਾਂ ਨੂੰ ਕਦੀ ਨਹੀਂ ਦੇਣੇ ਸਨ। ਇੱਦਾਂ ਦਾ ਹੀ ਇੱਕ ਇਸ਼ੂ ਹੈਗਾ ਗਨ ਰਾਈਟਸ ਦਾ। ਅਸੀਂ ਦੇਖ ਰਹੇ ਹਾਂ ਕਿ ਗਨ ਦੇ ਨਾਲ ਇਹ ਪ੍ਰੋਬਲਮਸ ਆ ਰਹੀਆਂ, ਸੈਕਿੰਡ ਅਮੈਂਡਮੈਂਟ ਨੂੰ ਹਰ ਕੋਈ ਸਪੋਰਟ ਕਰਦਾ, ਹਰ ਕੋਈ ਅੰਡਰਸਟੈਂਡ ਕਰਦਾ ਹੈ, ਬਟ ਅਗਰ ਉਹ ਪ੍ਰੋਬਲਮਸ ਰਿਪੀਟਿਡਲੀ ਸਾਹਮਣੇ ਆ ਰਹੀ ਹਨ ਤਾਂ ਉਸਦਾ ਕੋਈ ਨਾ ਕੋਈ ਸੋਲੂਸ਼ਨ ਤਾਂ ਸਾਨੂੰ ਕੱਢਣਾ ਪਏਗਾ। ਇਫ ਵੀ ਰਿਫਿਊਜ਼ ਟੂ ਈਵਨ ਲੁੱਕ ਐਟ ਦ ਪ੍ਰੋਬਲਮ, ਆਈ ਥਿੰਕ ਵੀ ਕੈਨਟ ਹੈਵ ਅ ਸੋਲੂਸ਼ਨ। ਵਾਟ ਯੂ ਸੇ ਟੂ ਦੈਟ? ਇਟਸ
I agree with you. It's a huge conflict up in this country ਦੇ ਵਿੱਚ ਤੇ ਮੇਰੇ ਆਪ ਦੇ ਇੰਟਰਨਲੀ ਵੀ ਕਨਫਲਿਕਟ ਹੈਗਾ ਪਰ ਜੋ ਅਮਰੀਕਾ ਦੇ ਬੇਸਿਕ ਰਾਈਟਸ ਸੀ ਅਮਰੀਕਾ ਦੇ ਵਿੱਚ ਕਹਿੰਦੇ ਆ ਕਿ ਤੁਹਾਡੇ ਬਰਥ ਰਾਈਟਸ ਨੇ ਤੁਹਾਡੇ ਆਪਣੇ ਆਪ ਨੂੰ ਡਿਫੈਂਡ ਕਰਨਾ ਤੇ ਵੀ ਆਪਣੇ ਆਪ ਨੂੰ ਵੈਪਨ ਰੱਖਣ ਦਾ ਤੇ ਜਿਹੜੀ ਸੈਕੰਡ ਅਮੈਂਡਮੈਂਟ ਇਹ ਉਹ ਰਾਈਟਸ ਨੂੰ ਪ੍ਰੋਟੈਕਟ ਕਰਦੀ ਹੈ ਜੋ ਸੋ ਹੁਣ ਆਪਣੇ ਵਰਜੀਨੀਆ ਦੇ ਵਿੱਚ ਵੀ ਬੜਾ ਜਿਹੜਾ ਗਵਰਨਰ ਸੀਗਾ ਉਹ ਕੰਸੀਲਡ ਵੈਪਨਸ ਨੂੰ ਬੈਨ ਕਰਨਾ ਚਾਹੁੰਦਾ ਸੀਗਾ ਤੇ ਜਿਹੜੇ ਉੱਥੇ ਲੋਕਾਂ ਨੇ ਕਾਫੀ ਪ੍ਰੋਟੈਸਟ ਕੀਤਾ ਤੇ ਬੜਾ ਉਹਨਾਂ ਨੇ ਪੀਸਫੁਲ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ ਤੇ ਆਪਣੇ ਰਾਈਟ ਉਹਨਾਂ ਨੇ ਪ੍ਰੋਟੈਕਟ ਕੀਤੇ ਅਮਰੀਕਾ ਦੇ ਵਿੱਚ ਗਨ ਵਾਇਲੈਂਸ ਸਪੈਸ਼ਲੀ ਸਕੂਲ ਸ਼ੂਟਿੰਗਸ ਐਂਡ ਥੀਏਟਰਸ ਐਂਡ ਇਟਸ ਰੀਲੀ ਗਾਟਨ ਆਊਟ ਆਫ ਹੈਂਡ ਇਟਸ ਆਈ ਐਮ ਨਾਟ ਸ਼ੋਰ ਦਾ ਆਨਸਰ ਕੀ ਹੈ ਜੇ ਆਪਣੇ ਕੋਈ ਸਿੰਪਲ ਸੋਲੂਸ਼ਨ ਹੁੰਦੀ ਤਾਂ ਹੁਣ ਤਾਂ ਸ਼ਾਇਦ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੁੰਦਾ ਪਰ ਇਹ ਬੜੀ ਅਜੀਬ ਜੀ ਗੱਲ ਹੈ ਕਿ ਆਪਾਂ ਇਹ ਲਾ ਅਬਾਰਡਿੰਗ ਨੇਸ਼ਨ ਹੈ ਇੱਥੇ ਇਹ ਪ੍ਰੋਬਲਮ ਸਾਰਿਆਂ ਨਾਲੋਂ ਵਰਸਟ ਹੈਗੀ ਆਈ ਡੋਂਟ ਹੈਵ ਦੀ ਆਨਸਰ ਆਪਣੇ ਉੱਦਾਂ ਵੈਸੇ ਤਾਂ ਸਾਡੇ ਗੁਰੂਆਂ ਨੇ ਵੀ ਕਿਹਾ ਸੀ ਕਿ ਤੁਸੀਂ ਆਪਣੇ ਆਪ ਨੂੰ ਆਰਮੀ ਕਰੋ ਕਿਉਂਕਿ ਜਦੋਂ ਸਿੱਖ ਬੈਪਟਾਈਜ਼ ਹੁੰਦਾ ਸੀ ਉਸ ਦਿਨਾਂ ਦੇ ਵਿੱਚ ਕਿਰਪਾਨ ਹੀ ਸਾਡੀ ਵੈਪਨ ਹੁੰਦੀ ਸੀਗੀ ਉਹਨਾਂ ਦਾ ਕੀ ਕੰਨਾਂ ਵਗੈਰਾ ਤਾਂ ਨਹੀਂ ਸੀ ਹੁੰਦੀਆਂ ਇਹ ਆ ਸ਼ੁਰੂ ਹੋ ਰਹੀਆਂ ਸੀ ਉਦੋਂ ਸੋ ਸਾਡੇ ਗੁਰੂਆਂ ਨੇ ਵੀ ਕਿਹਾ ਵੀ ਆਪਣੇ ਆਪ ਨੂੰ ਆਰਮ ਕਰੋ ਤੇ ਵੀਕ ਨੂੰ ਪ੍ਰੋਟੈਕਟ ਕਰੋ ਤੇ ਆਪਣੇ ਆਪ ਨੂੰ ਡਿਫੈਂਡ ਕਰੋ ਸੋ ਜੇ ਉੱਧਰ ਆਪਾਂ ਸੋਚੀਏ ਤਾਂ ਸਰਟਨਲੀ ਸਾਨੂੰ ਆਪਣੇ ਆਪ ਨੂੰ ਵੀ ਆਉਂਦੇ ਆ ਇਹ ਜਿਹੜਾ ਸੈਕੰਡ ਅਮੈਂਡਮੈਂਟ ਸਾਨੂੰ ਇਹ ਪ੍ਰੋਟੈਕਟ ਕਰਦੀ ਹੈ ਸਾਡੇ ਰਾਈਟ ਨੂੰ ਉਸ ਗੱਲ ਤੇ ਅਸੀਂ ਸਹੀ ਹਾਂ ਸੋ ਇਹ ਇੱਥੇ ਰਿਪਬਲਿਕ ਨੇ ਇਸ ਗੱਲ ਦੇ ਨਾਲ ਸਹਿਮਤ ਨੇ ਤੇ ਡੈਮੋਕਰੈਟ ਕਹਿ ਰਹੇ ਨੇ ਕਿ ਤੁਹਾਨੂੰ ਹੈ ਮਸ਼ੀਨ ਗੰਨਾਂ ਕੀ ਐਡੀ ਐਡੀ ਗੰਨਾਂ ਦੀ ਕੀ ਲੋੜ ਹੈ ਤੁਸੀਂ ਕਰਨ ਨਾਲ ਤਾਂ ਛੁੱਟੀ ਨਾਲ ਵੀ ਪ੍ਰੋਟੈਕਟ ਕਰ ਸਕਦੇ ਹੋ ਸੋ it's a very decisive divisive issue right now in our country and I'm not sure what the answer is but taking guns away from law abiding citizens is not the solution but I again I appreciate ki tusi dono sides di position we appreciate kar rahe ho what I'm saying is that we have to be open to look for solutions agar koi party a stance le le ki bhai a te sacrosanct hai ga is de bare apa gal vi nahi kar sakde te then we o solutions sanu milange nahi assi dekho a jehdi country hai jisle a bani hai ek revolutionary thought ek navi thought unhone pesh ki thi right Now, that does not mean that you have to stick with that thought for the next 5,000 years. With changing times, with changing circumstances, you have to change, you have to improve. That is what this country is about. But sada community da in problems de vich, in issues de vich, involve hona kinna zaruri hai. ਇਹ ਤੁਸੀਂ ਇੱਕ ਵਾਰ ਫਿਰ ਸਾਡੀ ਕਮਿਊਨਿਟੀ ਨੂੰ ਦੱਸੋ ਕਿਉਂਕਿ ਅਸੀਂ ਇਨ ਇਸ਼ੂਜ਼ ਨਾਲ ਇਫੈਕਟ ਹੁੰਦੇ ਆ ਅਸੀਂ ਇੱਥੇ ਰਹਿੰਦੇ ਹਾਂ ਸਾਡੇ ਬੱਚੇ ਇੱਥੇ ਪੜ੍ਹ ਰਹੇ ਨੇ ਸਾਡੇ ਬੱਚੇ ਇੱਥੇ ਵੱਧ ਰਹੇ ਨੇ ਰਾਈਟ ਕੋਈ ਬਾਹਰਲਾ ਸਿਰਫ ਉਨ ਸਾਡੇ ਵਾਸਤੇ ਉਹ ਡਿਸੀਜਨਸ ਲਏ ਔਰ ਅਸੀਂ ਉਹਨਾਂ ਦੇ ਵਿਕਟਿਮ ਬਣੀਏ ਇਹ ਆਈ ਡੋਂਟ ਥਿੰਕ ਦੈਟਸ ਅ ਹੈਲਦੀ ਵੇ ਆਫ ਲਿਵਿੰਗ ਆਈ ਥਿੰਕ ਇਟਸ ਟਾਈਮ ਦੈਟ ਵੀ ਹੈਵ ਟੂ ਗੈਟ ਇਨਵੋਲਵ ਐਂਡ ਡਿਸਾਈਡ ਆਰ ਓਨ ਡੈਸਟੀਨੀ ਵਾਟ ਯੂ ਸੇ ਟੂ ਦੈਟ ਅਜੋਤ ਵੀਰ ਜੀ ਤੁਸੀਂ ਬਹੁਤ ਸਹੀ ਕਿਹਾ ਆਪਾਂ ਨੂੰ ਸਾਰਿਆਂ ਨੂੰ ਪਹਿਲੀ ਗੱਲ ਤਾਂ ਆਪਣੇ ਆਪ ਨੂੰ ਇਹ 100% ਆਪਣੇ ਆਪ ਨੂੰ ਕਨਵਿੰਸ ਹੋ ਜਾਂਦੇ ਨਾ ਕਿ ਅਮਰੀਕਾ ਸਾਡਾ ਦੇਸ਼ ਹੈ ਅਸੀਂ ਇੱਥੋਂ ਦੇ ਇਹ ਸਿਟੀਜ਼ਨਸ਼ਿਪ ਅਸੀਂ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਮੰਗਾਉਣ ਵਾਸਤੇ ਨਹੀਂ ਸੀ ਬਣੇ ਅਸੀਂ ਟਰੂਲੀ ਇਹ ਗ੍ਰੇਟ ਨੇਸ਼ਨ ਹੈ ਜੋ ਇਸ ਦੇਸ਼ ਨੇ ਸਾਨੂੰ ਦਿੱਤਾ ਸਭ ਕੁਛ ਸਾਡੇ ਕੋਲ ਹੈ ਇਸ ਦੇਸ਼ ਦੀ ਦੇਣ ਹੈ ਇੱਥੋਂ ਦੇ ਜਿਹੜੇ ਕਾਨੂੰਨ ਹੈ ਇੱਥੋਂ ਦਾ ਜਿਹੜਾ ਸਿਸਟਮ ਹੈ ਅਸੀਂ ਸਾਰੇ ਅਪਰੀਸ਼ੀਏਟ ਕਰਦੇ ਹਾਂ ਸਾਨੂੰ ਇੱਥੇ ਆਪਾਂ ਇੰਡੀਆ ਵਾਂਗੂ ਸਾਨੂੰ ਇੱਥੇ ਕੋਈ ਕਰਪਟ ਹੋਣ ਦੀ ਲੋੜ ਨਹੀਂ ਇੱਕ ਆਨੈਸਟ ਮਿਹਨਤ ਕਰਕੇ ਅਸੀਂ ਚੰਗੀ ਰੋਟੀ ਖਾ ਸਕਦੇ ਹਾਂ ਬੜਾ ਹੀ ਵਧੀਆ ਦੇਸ਼ ਹੈ ਅਸੀਂ ਇੱਥੇ ਹੀ ਰਹਿਣਾ ਹੈ ਪਹਿਲਾਂ ਸੋਚਦੇ ਹੁੰਦੇ ਸੀ ਵੀ ਇੱਥੇ ਕਮਾਈ ਕਰਨ ਆਏ ਹਾਂ ਪੈਸੇ ਭੇਜਾਂਗੇ ਵਾਪਸ ਜਾਵਾਂਗੇ ਹੁਣ ਆਪਾਂ ਸਾਰਿਆਂ ਨੂੰ ਬਹੁਤ ਚਿੜਦਾ ਹੋ ਗਿਆ ਵੀ ਇਹੀ ਸਾਡਾ ਦੇਸ਼ ਹੈ ਇੱਥੇ ਹੀ ਅਸੀਂ ਰਹਿਣਾ ਹੈ ਇੱਥੇ ਅਸੀਂ ਸਾਡੇ ਬੱਚੇ ਪਾਲਣੇ ਆ ਸਾਡੇ ਗ੍ਰੈਂਡ ਕਿਡਸ ਨੇ ਇੱਥੇ ਹੀ ਰਹਿਣਾ ਹੈ ਤੇ ਕਿਉਂ ਨਾ ਅਸੀਂ ਇਸ ਦੇਸ਼ ਦੇ ਅਸੀਂ ਕੰਪਲੀਟ ਸਿਟੀਜ਼ਨਸ ਬਣੀਏ ਉਸਦੇ ਲਈ ਸਿਰਫ ਆਪਾਂ ਜਾਬ ਕਰਕੇ ਨੌਕਰੀ ਕਰਕੇ ਕਰੇ ਆ ਗਏ ਇਹ ਨਹੀਂ ਆਪਾਂ ਹਰ ਤਰੀਕੇ ਨਾਲ ਇਨਵਾਲਵ ਹੋਈਏ ਹੁਣ ਸਾਡੇ ਬੱਚੇ ਨੇ ਲੋਕਲ ਸਪੋਰਟਸ ਦੇ ਵਿੱਚ ਇਨਵਾਲਵ ਹੁੰਦੇ ਨੇ ਲੋਕਲ ਪ੍ਰੋਗਰਾਮਾਂ ਦੇ ਵਿੱਚ ਇਨਵਾਲਵ ਹੁੰਦੇ ਨੇ ਬੜੇ ਵਧੀਆ ਇੱਕ ਐਗਜ਼ੈਂਪਲਰੀ ਅਮੈਰੀਕਨਸ ਹਨ ਸੋ ਸਾਨੂੰ ਇਹਦੇ ਨਾਲ ਨਾਲ ਸਾਨੂੰ ਹੁਣ ਹੋਰ ਵੀ ਵੋਟਾਂ ਰਾਹੀਂ ਸਾਨੂੰ ਇਨਵੋਲਵ ਹੋਣਾ ਪੈਣਾ ਇੱਕ ਤਾਂ ਅਸੀਂ ਹਮੇਸ਼ਾ ਵੋਟਾਂ ਦੇ ਵਿੱਚ ਇਨਵੋਲਵ ਹੋਈਏ ਉਹ ਕੈਂਡੀਡੇਟਸ ਹੋਣ ਜੇ ਭਾਵੇਂ ਪੰਜਾਬੀ ਹੋਵੇ ਭਾਵੇਂ ਨਾਨ ਪੰਜਾਬੀ ਹੋਵੇ ਉਹ ਕੈਂਡੀਡੇਟ ਨੂੰ ਵੋਟ ਪਾਓ ਜਿਹੜੇ ਸਾਡੇ ਬਿਲੀਫ ਸ਼ੇਅਰ ਕਰਦੇ ਆ ਸੋ ਸਾਡੇ ਰਾਈਟਸ ਨੂੰ ਪ੍ਰਜ਼ਰਵ ਕਰਦੇ ਆ ਤੇ ਦੂਜੀ ਗੱਲ ਹੈ
ਕਿ ਸਾਡੀ ਕੰਟਰੀ ਨੂੰ ਸਿਰਫ ਹੀ ਨਹੀਂ ਵੀ ਇੱਕ ਵਾਈਟ ਮੈਨ ਹੀ ਹਰ ਥਾਂ ਤੇ ਸਿਟੀ ਕਾਉਂਸਲਮੈਨ ਹੋਵੇ ਜਾਂ ਬੋਰਡ ਸੁਪਰਵਾਈਜ਼ਰ ਹੋਵੇ ਜਾਂ ਅਸੈਂਬਲੀਮੈਨ ਹੋਵੇ ਜਾਂ ਪ੍ਰੈਜ਼ੀਡੈਂਟ ਹੋਵੇ, ਕੋਈ ਬਲੈਕ ਮੈਨ ਵੀ ਹੋ ਸਕਦਾ ਹੈ, ਕੋਈ ਵੂਮਨ ਵੀ ਹੋ ਸਕਦੀ ਹੈ, ਕੋਈ ਪੰਜਾਬੀ ਵੀ ਹੋ ਸਕਦਾ ਹੈ, ਕੋਈ ਚਾਈਨੀਜ਼ ਵੀ ਹੋ ਸਕਦਾ ਹੈ। ਸੋ ਸਾਨੂੰ ਸਾਰਿਆਂ ਦਾ, ਸਾਨੂੰ ਸਾਰਿਆਂ ਨੂੰ ਹੱਕ ਹੈ, ਸਾਡੀ ਸਾਰਿਆਂ ਦਾ ਇਹ ਦੇਸ਼ ਹੈਗਾ। ਔਰ ਇਹ ਕੰਟਰੀ ਸਾਨੂੰ ਇਹ ਹੱਕ ਦਿੰਦੀ ਹੈ, ਇਸ ਹੱਕ ਨੂੰ ਐਕਸਰਸਾਈਜ਼ ਕਰਨਾ ਸਾਡਾ ਫਰਜ਼ ਹੈ। ਜਿੱਦਾਂ ਤੇਜਬਾਨ ਜੀ ਨੇ ਕਿਹਾ, ਸਾਨੂੰ ਇਸ ਲੋਕਲ ਪੋਲੀਟੀਕਲ ਪ੍ਰੋਸੈਸ ਵਿੱਚ ਇਨਵੋਲਵ ਹੋਣਾ ਚਾਹੀਦਾ, ਔਰ ਭਾਵੇਂ ਉਹ ਅਸੀਂ ਆਪ ਇਨਪੋਜੀਸ਼ਨਸ 'ਤੇ ਖੜ੍ਹੇ ਹੋ ਕੇ ਹੋਈਏ ਜਾਂ ਜਿਹੜੇ ਵੀ ਕੈਂਡੀਡੇਟਸ ਹੈਗੇ ਉਹਨਾਂ ਨੂੰ ਅਸੀਂ ਸਾਹਮਣੇ ਆ ਕੇ ਆਪਣੀ ਡਿਮਾਂਡਸ ਦੱਸੀਏ, ਸਪੋਰਟ ਕਰੀਏ, ਵੋਟ ਕਰੀਏ। ਤੇਜਬਾਨ ਜੀ, ਸਾਡੇ ਨਾਲ ਗੱਲ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਇੰਪੋਰਟੈਂਟ ਇਨਫੋਰਮੇਸ਼ਨ ਸਾਨੂੰ ਗਾਈਡ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਤੁਹਾਨੂੰ ਆਲ ਦਾ ਬੈਸਟ ਕਹਿੰਦੇ ਹਾਂ ਤੁਹਾਡੀ ਆਪਣੀ ਕੈਂਪੇਨ ਵਾਸਤੇ, ਤੁਹਾਡੀ ਇਲੈਕਸ਼ਨ ਵਾਸਤੇ। ਤੁਸੀਂ ਬਾਹਰ ਆਓ, ਤੇਜਬਾਨ ਜੀ ਨੂੰ ਸਪੋਰਟ ਕਰੋ, ਆਪਣੇ ਬਾਕੀ ਕਮਿਊਨਿਟੀ ਦੇ ਜਿਹੜੇ ਕੈਂਡੀਡੇਟਸ ਹਨ ਉਹਨਾਂ ਨੂੰ ਸਪੋਰਟ ਕਰੋ, ਉਹਨਾਂ ਨੂੰ, ਉਹਨਾਂ ਲਈ ਵੋਟ ਕਰੋ। ਤੇਜਬਾਨ ਜੀ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਵੀਰ ਜੀ, ਜਾਂਦੇ ਵਾਰੀ ਇੱਕ ਵਾਰੀ ਮੈਨੂੰ ਆਖਰੀ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਦ ਵੇ ਫੋਰਵਰਡ ਦਾ, ਅਤੇ ਸਾਡੇ ਸਰੋਤਿਆਂ ਦਾ ਜੋ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੈ। ਆਖਰੀ ਵਾਰੀ ਫਿਰ ਪਲੀਜ਼ ਆਪਣੇ ਇਨਵਾਲਵ ਰਹੋ, ਅਤੇ ਜੇ ਤੁਸੀਂ ਕਿਸੇ ਨੂੰ ਯੂਨੀਵਰਸਿਟੀ ਦੇ ਵਿੱਚ ਜਾਣਦੇ ਹੋ ਬਾਹਰ ਬੈਠੇ, ਤਾਂ ਉਹਨਾਂ ਨੂੰ ਫੋਨ ਕਰਕੇ ਦੱਸੋ ਕਿ ਤੇਜਮਾਨ ਨੂੰ ਆਪਣੇ ਵੀਰ ਨੂੰ ਸੈਂਟਰਲ ਕਾਉਂਟੀ ਦਾ ਸੁਪਰਵਾਈਜ਼ਰ ਬਣਾਓ। ਮੈਂ ਤੁਹਾਡਾ ਧੰਨਵਾਦੀ ਹਾਂ ਅਤੇ ਹਮੇਸ਼ਾ ਰਿਣੀ ਰਹਾਂਗਾ। ਥੈਂਕ ਯੂ ਵੈਰੀ ਮੱਚ। ਦ ਵੇ ਫੋਰਵਰਡ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੇਖਦੇ ਰਹੋ ਦ ਵੇ ਫੋਰਵਰਡ।